ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ ਤੇ ਮੈਂ ਹਾਂ ਕੁਲਵੰਤ ਸਿੰਘ। ਇੱਕ ਵਾਰ ਫਿਰ ਮੇਰੇ ਨਾਲ ਡਾਕਟਰ ਹਰਨਾਮ ਸਿੰਘ ਜੀ ਤੇ ਅਸੀਂ ਇੱਕ ਅਜਿਹੇ ਵਿਸ਼ੇ ਨੂੰ ਅੱਜ ਸੁਣ ਜਾ ਰਹੇ ਹਾਂ ਜਿਹੜਾ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ। ਲੰਘੇ ਦਿਨੀ ਇੱਕ ਖਬਰ ਜਿਹੜੀ ਹੈ ਉਹ ਪ੍ਰਕਾਸ਼ ਦੇ ਵਿੱਚ ਆਈ ਸੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਸਾਲ 2025 ਤੱਕ 87% ਭਾਰਤੀਆਂ ਨੂੰ ਕੈਂਸਰ ਹੋ ਸਕਦਾ। ਹਾਲਾਂਕਿ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਸ਼ੰਕੇ ਵਿਅਕਤ ਕੀਤੇ ਗਏ ਨੇ। ਕੇਂਦਰ ਸਰਕਾਰ ਨੇ ਵੀ ਇਸ ਰਿਪੋਰਟ ਨੂੰ ਲੈ ਕੇ ਆਪਣੇ ਗੰਭੀਰਤਾ ਵਿਖਾਈ ਹੈ ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹਦੇ ਵਿੱਚ ਸੱਚਾਈ ਨਹੀਂ ਹੈਗੀ। ਲੇਕਿਨ ਫਿਰ ਵੀ WHO ਵੱਲੋਂ ਜਿਹੜੀ ਇਹ ਚੇਤਾਵਨੀ ਜਾਰੀ ਕੀਤੀ ਗਈ ਦੇ ਰਿਪੋਰਟ ਸਾਹਮਣੇ ਆਉਣਾ ਤੇ ਕਿਤੇ ਨਾ ਕਿਤੇ ਵਿਸ਼ਵ ਸਿਹਤ ਸੰਸਥਾ ਜਿਹੜੀ ਹੈ WHO ਜਿਹੜੀ ਹੈ ਉਹਦੇ ਵੱਲੋਂ ਇਹ ਕਿਹਾ ਜਾਣਾ ਤੇ ਰਿਪੋਰਟ ਪ੍ਰਕਾਸ਼ਿਤ ਕੀਤੇ ਜਾਣਾ, ਇਹ ਆਪਣੇ ਆਪ ਦੇ ਵਿੱਚ ਇਹ ਵਿਚਾਰ ਚਰਚਾ ਛੇੜ ਗਏ ਕਿ ਕੀ ਇਹ ਵਾਕਈ ਸੱਚ ਹੈ ਜਾਂ ਕਿਤੇ ਕਿਤੇ ਨਾ ਕਿਤੇ ਸਰਕਾਰ ਵੀ ਇਹਨੂੰ ਕੁਛ ਇਸ ਤਰ੍ਹਾਂ ਦਾ ਕਰ ਰਹੀ ਹੈ ਜਿਹੜੀ ਕਿ ਸਹੀ ਅੰਕੜੇ ਸਾਹਮਣੇ ਨਹੀਂ ਆ ਰਹੇ। ਕਿਉਂ ਨਾ ਇਹਦੇ ਤੇ ਇੱਕ ਵੱਡੀ ਚਰਚਾ ਕੀਤੀ ਜਾਵੇ ਤਾਂ ਕਿ ਇਹਦੇ 'ਚ ਸਹੀ ਤੱਥ ਜਿਹੜੇ ਨੇ ਉਹ ਸਾਹਮਣੇ ਲਿਆਂਦੇ ਜਾ ਸਕਣ। ਸਰਕਾਰ ਸਹੀ ਹੈ, WHO ਸਹੀ ਹੈ, ਫਿਲਹਾਲ ਆਪਾਂ ਇਸ ਨੂੰ ਇੱਥੇ ਪੌਜ਼ ਕਰ ਦਿੰਦੇ ਹਾਂ। ਲੇਕਿਨ ਮਸਲਾ ਇਹ ਹੈ ਕਿ 2025 ਤੱਕ 87% ਭਾਰਤੀਆਂ ਨੂੰ ਕੈਂਸਰ ਰੋਗ ਹੋਣ ਵਰਗੀ ਜਦੋਂ ਖਬਰ ਪ੍ਰਕਾਸ਼ਿਤ ਆਉਣੀ ਹੈ ਤਾਂ ਉਹਦੇ ਪਿੱਛੇ ਦੇ ਤੱਥਾਂ ਵੱਲ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ? ਮੇਰੇ ਮੁਤਾਬਕ ਜਾਣਾ ਚਾਹੀਦਾ ਤੇ ਮੇਰੇ ਨਾਲ ਐਕਸਪਰਟ ਨੇ ਡਾਕਟਰ ਹਰਨਾਮ ਸਿੰਘ ਜੀ ਤੇ ਆਪਾਂ ਇਹਨਾਂ ਤੋਂ ਅੱਜ ਜਾਣਾਂਗੇ ਕਿ ਜਿਹੜੀ ਉਹ 87% ਭਾਰਤੀਆਂ ਨੂੰ ਕੈਂਸਰ ਵਰਗੇ ਗੰਭੀਰ ਰੋਗ ਹੋਣ ਦੀ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਹੈ 2025 ਤੱਕ, ਉਹਦੇ ਪਿੱਛੇ ਦੇ ਕਾਰਨ, ਉਹਦੇ ਪਿੱਛੇ ਦੇ ਕੀ ਗੱਲਾਂ ਸਾਹਮਣੇ ਆਈਆਂ ਨੇ ਤੇ ਉਹਨੂੰ ਆਪਾਂ ਕਿੱਦਾਂ ਵਿਸਥਾਰ ਦੇ ਵਿੱਚ ਜਾ ਕੇ ਆਪਾਂ ਉਹਨੂੰ ਸਾਬਤ ਕਰਾਂਗੇ ਵੀ ਸੱਚ ਹੈ ਕਿ ਝੂਠ ਹੈ, ਆਪਾਂ ਡਾਕਟਰ ਹਰਨਾਮ ਸਿੰਘ ਜੀ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਕੁਲਵੰਤ ਜੀ, ਤੁਹਾਡਾ ਵੀ ਤੇ ਨਿਊਜ਼ ਏਸ਼ੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸ਼ੁਕਰੀਆ ਜੀ ਮੇਰੇ ਵੱਲੋਂ ਵੀ, ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਤੇ ਸਾਰੇ ਮੇਰੇ ਦਰਸ਼ਕਾਂ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਲੰਘੇ ਦਿਨੀ ਇੱਕ ਰਿਪੋਰਟ ਜਿਹੜੀ ਸੀਗੀ ਉਹ ਪ੍ਰਕਾਸ਼ਿਤ ਹੋਈ ਸੀ ਕਿ ਸਾਲ 2025 ਤੱਕ 87% ਭਾਰਤੀਆਂ ਨੂੰ ਜੀ ਕੈਂਸਰ ਰੋਗ ਹੋ ਸਕਦਾ ਤੇ ਉਹਦੇ ਪਿੱਛੇ ਦਾ ਕਾਰਨ WHO ਨੇ ਇਹ ਦੱਸਿਆ ਸੀਗਾ ਕਿ 2025 ਤੱਕ ਜੇ ਆਪਾਂ ਨਹੀਂ ਹਟੇ ਮਿਲਾਵਟੀ ਦੁੱਧ ਜੇਕਰ ਆਉਂਦਾ ਰਿਹਾ ਇਸੇ ਤਰ੍ਹਾਂ ਤਾਂ ਫਿਰ ਜਿਹੜਾ ਇਹਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ, 87% ਭਾਰਤੀਆਂ ਨੂੰ ਕੈਂਸਰ ਹੋ ਸਕਦਾ। ਪਰ ਜੀ ਉਸ ਤੋਂ ਅੱਗੇ ਫਿਰ ਜਦੋਂ ਭਾਰਤ ਸਰਕਾਰ ਨੇ ਐਕਸ਼ਨ 'ਚ ਆਈ ਤਾਂ ਭਾਰਤ ਸਰਕਾਰ ਨੇ ਇਹ ਕਿਹਾ ਕਿ ਜਿਹੜਾ ਇਹ ਠੀਕ ਹੈ, ਇਹ ਰਿਪੋਰਟ ਆਈ ਹੈ, ਗੰਭੀਰਤਾ ਨਾਲ ਦੇਖਿਆ ਗਿਆ, ਲੇਕਿਨ ਇਹਦੇ 'ਚ ਸੱਚਾਈ ਕੋਈ ਨਹੀਂ ਹੈਗੀ ਜੀ। ਕੁਲਵਰ ਜੀ, ਨਾਲ ਨਾਲ ਇੱਕ ਚੀਜ਼ ਹੋਰ ਆਈ ਹੈ ਕਿ ਦੁੱਧ ਉਤਪਾਦਨ ਜਿਹੜਾ ਹੈਗਾ, ਦੁੱਧ ਉਤਪਾਦਨ ਦੇ ਵਿੱਚ ਆਪਾਂ ਫਿਰ ਆਪਾਂ ਪੂਰੇ ਦੇਸ਼ ਦੇ ਉੱਤੇ ਕਰਨਾ ਹੋਇਆ ਤਾਂ ਬਹੁਤ ਲੰਬਾ ਸਮਾਂ ਆਪਾਂ ਨੂੰ ਇਹਦੇ 'ਤੇ ਕਰਨਾ ਪਏਗਾ, ਰਿਸਰਚ ਕਰਨੀ ਪਏਗੀ, ਲੇਕਿਨ ਪੰਜਾਬ ਦੀ ਘੱਟੋ ਘੱਟ ਕੀਤੀ ਜਾ ਸਕਦੀ ਹੈ ਜੀ। ਤੇ ਪੰਜਾਬ ਦੇ ਵਿੱਚ ਜਿੱਥੇ ਤੱਕ ਮੈਨੂੰ ਅੰਕੜਿਆਂ ਦੇ ਆਪਾਂ ਜ਼ੋਰ ਦੇ ਕੇ ਕਹੀਏ ਤੇ ਕੁੱਲ ਦੁੱਧ ਦਾ ਉਤਪਾਦਨ ਜਿਹੜਾ ਹੈਗਾ 360,000 liter ਦਾ ਹੈਗਾ ਜੀ। ਤੇ ਕਿਵੇਂ ਦੇਖਦੇ ਹੋ ਤੁਸੀਂ? ਕੁਲਵੰਤ ਜੀ, 2018 ਦੇ ਵਿੱਚ ਪੰਜਾਬ ਦੀ ਜਿਹੜੀ ਡੇਅਰੀ ਵਿਭਾਗ ਹੈ ਉਹਨੇ ਇੱਕ ਸਰਵੇ ਕਰਵਾਇਆ ਸੀਗਾ ਜੀ, ਔਰ ਇਹ ਜਿਹੜੀ ਰਿਪੋਰਟ ਦੀ ਆਪਾਂ ਚਰਚਾ ਕਰ ਰਹੇ ਟ੍ਰਿਬਿਊਨ ਅਖਬਾਰ ਦੇ ਵਿੱਚ ਛਪੀ ਹੋਈ ਰਿਪੋਰਟ ਹੈ ਜੀ। ਉਹਦੇ ਮੁਤਾਬਕ ਪੰਜਾਬ ਦੇ ਵਿੱਚ ਜਿਹੜੀ ਦੁੱਧ ਦੀ ਉਤਪਾਦਨ ਹੈ, ਠੀਕ ਹੈ, ਉਹ 360,000 liter ਜਿਹੜਾ ਦੁੱਧ ਹੈ ਪੰਜਾਬ 'ਚ ਪੈਦਾ ਕੀਤਾ ਜਾਂਦਾ ਜੀ। ਉਹਦੇ ਵਿੱਚ ਜੇ ਮੈਂ ਗੱਲ ਕਵਾਂ ਕਿ ਖਪਤ ਦੇ ਉੱਤੇ ਦੇਖੀਏ ਆਪਾਂ ਤੇ ਉਹ 6,80,000 ਤਕਰੀਬਨ, ਇਸ ਤੋਂ ਦੁੱਗਣੀ ਜਿਹੜੀ ਖਪਤ ਹੈ ਲੀਟਰ ਦੀ। ਤੇ ਇਹ ਜੇ ਦੋਵੇਂ ਅੰਕੜਿਆਂ ਨੂੰ ਦੇਖੀਏ ਤੇ ਉਹਦੇ ਵਿੱਚੋਂ ਇੱਕ ਫਿਗਰ ਨਿਕਲ ਕੇ ਆਉਂਦੀ ਹੈ 3,20,000 ਜੀ, ਜਿਹੜਾ 320 lakh ਜਿਹੜਾ ਲੀਟਰ ਦੁੱਧ ਹੈ ਜਿਹੜਾ ਮਿਲਾਵਟੀ ਬਾਜ਼ਾਰ ਦੇ ਵਿੱਚ ਆਉਂਦਾ ਹੈ ਤੇ ਸਾਡੇ ਘਰਾਂ ਵਿੱਚ ਵਰਤਾਇਆ ਜਾਂਦਾ ਤੇ ਅਸੀਂ ਉਹ ਪੀਂਦੇ ਹਾਂ ਜੀ। ਹੁਣ ਜੇ ਆਪਾਂ ਗੱਲ ਕਰੀਏ ਕਿ ਦੁੱਧ ਤੋਂ ਜਿਹੜੇ ਬੜੇ ਪ੍ਰੋਡਕਟ ਨੇ, ਜੇ ਪਨੀਰ ਦੀ ਗੱਲ ਕਰਾਂ ਤੇ ਪੰਜਾਬ ਵਿੱਚ 60,000 kilo ਜਿਹੜਾ ਪਨੀਰ ਹੈ ਉਹਦੀ ਖਪਤ ਹੈਗੀ ਇੱਕ ਦਿਨ ਦੇ ਵਿੱਚ। ਬਿਲਕੁਲ ਬਿਲਕੁਲ। ਤੇ ਜਿਹੜਾ ਅਸਲੀ ਪਨੀਰ ਹੈ ਉਹ ਸਿਰਫ 20,000 ਜਿਹੜਾ ਕਿਲੋ ਹੈ ਉਹੀ ਬਣਦਾ ਹੈ ਤੇ ਜਿਹੜਾ ਨਕਲੀ ਪਨੀਰ ਹੈ ਉਹ 40 lakh ਜਿਹੜਾ ਬਾਜ਼ਾਰ ਦੇ ਵਿੱਚ ਵੇਚਿਆ ਜਾਂਦਾ ਤੇ ਖਾਧਾ ਜਾਂਦਾ ਲੋਕਾਂ ਵੱਲੋਂ। ਸੋ ਇਹ ਜਿਹੜੀ ਮਿਲਾਵਟ ਦੀ ਜਿਹੜੀ ਏਡੀ ਵੱਡੀ ਫਿਗਰ ਹੈ ਜਿਹੜੀ ਸਰਕਾਰ ਨੇ ਸਰਵੇ ਕਰਾ ਕੇ ਲਈ ਹੈ ਉਹ ਦਿਨੋ ਦਿਨ ਜਿਹੜੀ ਇਹਦੀ ਗੰਭੀਰਤਾ ਵੱਧਦੀ ਜਾ ਰਹੀ ਹੈ। ਉਹਦੇ ਵਿੱਚ ਜਿਹੜੀ ਜੇ ਫਿਗਰ ਮੈਂ ਕਹਾਂ ਦਿਨ ਡੁੱਬਣੀ ਤੇ ਰਾਤ ਚੁੱਗਣੀ ਹੁੰਦੀ ਜਾ ਰਹੀ ਹੈ ਤੇ ਇਹ 2018 ਦਾ ਸਰਵੇ, ਅੱਜ ਤੋਂ 5 ਸਾਲ ਪੁਰਾਣਾ ਸਰਵੇ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜੇ ਅੱਜ ਸਰਵੇ ਕਰਾਇਆ ਜਾਵੇ ਤੇ ਲਗਭਗ ਜੇ ਮੈਂ ਕਹਾਂ ਜਿਹੜੀ ਸਾਡੀ ਇਹਦੀ ਖਪਤ ਹੈ ਉਹ ਡਬਲ ਹੋ ਚੁੱਕੀ ਹੈ ਪਰ ਜਿਹੜੀ ਆਮਦ ਆ ਉਹ ਘੱਟ ਚੁੱਕੀ ਹੈ। ਤੁਸੀਂ ਦੇਖੋ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ 2-2, 4-4 ਪਸ਼ੂ ਆਮ ਹੁੰਦੇ ਸੀ ਅੱਜ ਤੋਂ 10-15 ਸਾਲ ਪਹਿਲਾਂ, ਜਿਹੜਾ ਕਿ ਹੌਲੀ ਹੌਲੀ ਉਹ ਹੋਣ 'ਚੋਂ ਖਤਮ ਹੋ ਗਏ ਹੈ। ਪਿੰਡਾਂ ਦੇ ਵਿੱਚ ਵੀ ਜਿਹੜੀ ਦੁੱਧ ਦੀ ਕਿੱਲਤ ਹੈ, ਜੇ ਆਪਾਂ ਗੱਲ ਕਰੀਏ ਜਿੰਨਾ ਦੁੱਧ ਉਤਪਾਦਨ ਹੁੰਦਾ 360 lakh ਜਿਹੜਾ ਲੀਟਰ ਦੁੱਧ ਪੈਦਾ ਹੁੰਦਾ ਉਹਦੇ 'ਚੋਂ 180 lakh liter ਤਾਂ ਸਿਰਫ ਪਿੰਡਾਂ ਦੇ ਵਿੱਚ ਹੀ ਰਹਿ ਜਾਂਦਾ।
ਬਿਲਕੁਲ ਇਹ ਥੋੜਾ ਜਿਹਾ ਆਂਕੜਾ ਜੇ ਕੋਲ ਮੈਂ ਮੇਰੇ ਕੋਲ ਰਿਪੋਰਟ ਹੈ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਪੜ੍ਹ ਕੇ ਸੁਣਾਦਾ ਦਰਸ਼ਕਾਂ ਨੂੰ ਪੂਰੀ ਪਿਕਚਰ ਕਲੀਅਰ ਹੋ ਜਾਏਗੀ ਬਿਲਕੁਲ ਬਿਲਕੁਲ ਸਾਲ 2018 ਦੇ ਵੇਰਵਿਆਂ ਮੁਤਾਬਕ ਪੰਜਾਬ 'ਚ ਹਰ ਰੋਜ਼ 360 ਲੱਖ ਲੀਟਰ ਸਟੈਂਡਰਡ ਦੁੱਧ ਦਾ ਉਤਪਾਦਨ ਹੁੰਦਾ ਹੈ ਜਦਕਿ ਖਪਤ 680 ਲੱਖ ਲੀਟਰ ਦੀ ਹੁੰਦੀ ਹੈ ਇਹਦਾ ਸਿੱਧਾ ਮਤਲਬ ਹੈ 320 ਲੱਖ ਲੀਟਰ ਦੁੱਧ ਦੇ ਵਿੱਚ ਮਿਲਾਵਟੀ ਜਿਹੜਾ ਉਹ ਆ ਰਿਹਾ ਜੇਕਰ ਗੱਲ ਕਰੀਏ ਪਨੀਰ ਦੀ ਤਾਂ ਮਿਲਾਵਟੀ ਦੁੱਧ ਦੀ ਸਭ ਤੋਂ ਜ਼ਿਆਦਾ ਸਮੱਸਿਆ ਜਿਹੜੀ ਹੈ ਉਹ ਪਨੀਰ ਜਿਹੜੀ ਵਰਤੋਂ ਜਿਹੜੀ ਹੈ ਪਨੀਰ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ ਸੂਬੇ 'ਚ ਕਰੀਬ 60,000 ਕਿਲੋ ਪਨੀਰ ਜਿਹੜਾ ਰੋਜ਼ ਤਿਆਰ ਕੀਤਾ ਜਾਂਦਾ ਜਿਸ ਤੋਂ ਸਿਰਫ 20,000 ਕਿਲੋ ਸਟੈਂਡਰਡ ਦੁੱਧ ਤੋਂ ਬਣਾਇਆ ਜਾਂਦਾ ਕਿੰਨੀ ਖਤਰਨਾਕ ਗੱਲ ਹੈ ਬਾਕੀ 40,000 ਕਿਲੋ ਮਿਲਾਵਟੀ ਪਨੀਰ ਜਿਹੜਾ ਉਹ ਬਾਜ਼ਾਰਾਂ ਦੇ ਵਿੱਚ ਵਿਕ ਰਿਹਾ ਇਹ ਰਿਪੋਰਟ ਦੇ ਮੁਤਾਬਕ ਹੈ ਜੀ ਪਸ਼ੂ ਤੇ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਮੁਤਾਬਕ ਸੂਬੇ ਵਿੱਚ 52 ਲੱਖ ਮੱਝਾਂ ਤੇ 21 ਲੱਖ ਗਾਵਾਂ ਹਨ ਪਰ ਇਹਨਾਂ ਵਿੱਚੋਂ 70% ਹੀ ਦੁੱਧ ਦੇਣ ਯੋਗ ਹਨ ਇਹਨਾਂ ਤੋਂ ਰੋਜ਼ਾਨਾ 360 ਲੱਖ ਲੀਟਰ ਦੁੱਧ ਦੀ ਪੈਦਾਵਾਰ ਹੁੰਦੀ ਹੈ ਤੇ ਅੱਧਾ ਪਿੰਡ ਪੰਜਾਬ ਤੇ ਅੱਧਾ ਪਿੰਡ ਪੱਧਰ ਤੇ ਹੀ ਵਰਤ ਲਿਆ ਜਾਂਦਾ ਹੈ ਬਕਾਇਆ 180 ਲੱਖ ਲੀਟਰ ਬਾਜ਼ਾਰ 'ਚ ਆਉਂਦਾ ਹੈ ਜਿਹਨਾਂ ਵਿੱਚੋਂ 50 ਲੱਖ ਲੀਟਰ ਦੁੱਧ ਨੂੰ ਮਿਲ ਪਲਾਂਟ ਵਰਤਦੇ ਹਨ ਬਾਕੀ 130 ਲੱਖ ਲੀਟਰ ਵਿੱਚੋਂ 30 ਲੱਖ ਲੀਟਰ ਨੂੰ ਹਲਵਾਈ ਖਰੀਦ ਲੈਂਦੇ ਹਨ ਮਠਿਆਈਆਂ ਤਿਆਰ ਕਰਦੇ ਹਨ 20 ਲੱਖ ਲੀਟਰ ਪੰਜਾਬ 'ਚੋਂ ਬਾਹਰ ਜਾਂਦਾ ਹੈ ਤੇ ਬਾਕੀ 80 ਲੱਖ ਲੀਟਰ ਜਿਹੜਾ ਕਿਸਾਨ ਸਿੱਧੇ ਤੌਰ ਤੇ ਵੇਚਦਾ ਹੈ ਸੋਚ ਸਕਦੇ ਹੋ ਕਿ 80 ਲੱਖ ਲੀਟਰ ਜਿਹੜਾ ਉਹ ਸਿੱਧੇ ਤੌਰ ਤੇ ਵਧਦਾ ਖਪਤ ਜਿਹੜੀ ਆ ਉਹ 600 ਜਿਹੜੀ ਆ ਉਹ 80 ਲੱਖ ਲੀਟਰ ਦੀ ਟੋਟਲ ਹੈਗੀ ਹੈ ਤੇ ਕਿੰਨੇ ਖਤਰਨਾਕ ਵਜ਼ਾਰੇ ਦੇ ਵਿੱਚ ਆਪਾਂ ਨਿਕਲਦੇ ਹਾਂ WHO ਦੀ ਚੇਤਾਵਨੀ ਆ ਗਈ ਹੈ ਕਿ ਸਾਲ 2025 ਤੱਕ 87% ਭਾਰਤੀਆਂ ਨੂੰ ਜਿਹੜਾ ਉਹ ਕੈਂਸਰ ਹੋ ਸਕਦਾ ਹੈ ਇਹ ਜਦੋਂ ਆਂਕੜੇ ਅਸੀਂ ਦੇਖਦੇ ਹਾਂ ਤੇ ਕਿਤੇ ਨਾ ਕਿਤੇ ਮਨ ਜਿਹੜਾ ਉਹ ਸਾਡੇ ਅੰਦਰ ਡਾਵਾਂਡੋਲ ਹੋਣ ਲੱਗ ਜਾਂਦਾ ਪਰ ਹੁਣ ਆਪਾਂ ਇਸ ਤੋਂ ਅੱਗੇ ਆਉਂਦੇ ਹਾਂ ਕਿ ਕਾਨੂੰਨ ਜਿਹੜਾ ਉਹ ਇਸ ਮਾਮਲੇ 'ਚ ਡਾਕਟਰ ਸਾਹਿਬ ਬੜਾ ਸਖ਼ਤ ਹੈਗਾ ਜੇ ਇਹਦੇ ਵਿੱਚ ਕਾਫੀ ਕੁਛ ਸਜ਼ਾਵਾਂ ਦਾ ਵੀ ਜਿਹੜਾ ਉਹ ਕੀਤਾ ਗਿਆ ਪਰ ਇਹਦੇ ਬਾਵਜੂਦ ਵੀ ਜਿਹੜਾ ਇਹ ਕੁਛ ਹੋ ਰਿਹਾ ਕਾਨੂੰਨ ਦਾ ਕਿਸੇ ਨੂੰ ਡਰ ਹੋਇਆ ਜੀ ਬੜੀ ਤਰਾਸਦੀ ਸਾਡੇ ਦੇਸ਼ ਦੀ ਅੱਜ ਤੱਕ ਜਦੋਂ ਦਾ ਇਹ ਕਾਨੂੰਨ ਬਣਿਆ ਕਿਸੇ ਵੀ ਬੰਦੇ ਨੂੰ ਕੋਈ ਸਜ਼ਾ ਨਹੀਂ ਹੋਏਗੀ ਜੀ ਛੋਟੇ ਮੋਟੇ ਜੁਰਮਾਨੇ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਜੀ ਜੇ ਗੱਲ ਕਰਾਂ ਕਿ ਸਾਡਾ ਜਿਹੜੀ ਸਰਕਾਰਾਂ ਦੇ ਚਾਹੇ ਕਿਸੇ ਦੇਸ਼ ਦੇ ਕੋਨੇ ਦੀ ਗੱਲ ਕਰੀਏ ਚਾਹੇ ਕਰਨਾਟਕਾ ਦੀ ਲਾ ਲਓ ਦਿੱਲੀ ਦੀ ਲਾ ਲਓ ਪੰਜਾਬ ਦੀ ਲਾ ਲਓ ਕਿਸੇ ਇੱਕ ਸੂਬੇ ਦੀ ਗੱਲ ਨਹੀਂ ਕਰ ਰਿਹਾ ਪੂਰੇ ਦੇਸ਼ ਦੇ ਸੂਬੇ ਦੇ ਵਿੱਚ ਜਿਹੜੇ ਫੂਡ ਸੇਫਟੀ ਦੇ ਇੰਸਪੈਕਟਰ ਨੇ ਉਹ ਸਿਰਫ ਦੀਵਾਲੀ ਦੇ ਨੇੜੇ ਤੇੜੇ ਜਿਹੜਾ ਉਹ 2-4 ਜਗ੍ਹਾ ਦੇ ਉੱਤੇ ਛਾਪੇ ਮਾਰਦੇ ਨੇ ਜਿਹਦੇ ਨਾਲ ਬਾਜ਼ਾਰ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰੈਜੈਂਸ ਆ ਉਹ ਦਿਖਾਉਂਦੇ ਨੇ ਤੇ 1-2 ਹਲਵਾਈ ਵਾਲੇ ਜਿਹੜੇ ਹਲਵਾਈ ਦੀਆਂ ਦੁਕਾਨਾਂ ਜਾਂ ਡੇਅਰੀ ਨੇ ਉਹਦੇ ਉਹ ਫਾਈਨ ਕਰਕੇ ਤੇ ਉਸ ਤੋਂ ਬਾਅਦ ਆਪਦੀ ਜਿਹੜੀ ਖਾਣਾ ਪੂਰਤੀ ਕਰਕੇ ਫਿਰ ਦੁਬਾਰਾ ਉਹ ਜਿਹੜੀ ਨੀਂਦ ਸੌ ਜਾਂਦੇ ਨੇ ਔਰ ਸਾਡੇ ਜਿਹੜੇ ਖਾਸ ਤੌਰ ਤੇ ਪੰਜਾਬੀ ਲੋਕ ਨੇ ਜਿਹੜੇ ਇਸ ਚੀਜ਼ ਨੂੰ ਲੈ ਕੇ ਬੜੇ ਅਵੇਅਰ ਰਹਿੰਦੇ ਨੇ ਕਿ ਅਸੀਂ ਸਿਹਤਮੰਦ ਰਹਿਣਾ ਹੈ ਤੰਦਰੁਸਤ ਰਹਿਣਾ ਤੇ ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਤੋਂ ਅੱਜ ਸੁੱਤੇ ਪਏ ਨੇ ਵੇਸਲੇ ਹੋਏ ਪਏ ਨੇ ਕਿ ਸਾਨੂੰ ਜਿਹੜਾ ਚਿੱਟੇ ਦੁੱਧ ਦੇ ਰੂਪ ਦੇ ਵਿੱਚ ਸਾਡੇ ਜ਼ਹਿਰ ਹੈ ਸਾਡੇ ਬੱਚਿਆਂ ਨੂੰ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਪਰੋਸਿਆ ਜਾ ਰਿਹਾ ਪਿਛਲੇ 18 ਸਾਲ ਤੋਂ ਮੇਰੇ ਪ੍ਰੈਕਟਿਸ ਦੇ ਦੌਰਾਨ ਮੈਂ ਦੇਖਿਆ ਕਿ ਇਹੋ ਜਿਹੀਆਂ ਗੰਭੀਰ ਬਿਮਾਰੀਆਂ ਜਿਹੜੀਆਂ ਕਿ ਸਾਡੇ ਬੱਚਿਆਂ 'ਚ ਕਦੀ ਸੀਗੀਆਂ ਨਹੀਂ ਉਹ ਆਉਣੀਆਂ ਸ਼ੁਰੂ ਹੋ ਗਈਆਂ ਆਪਾਂ ਅੱਗੇ ਗੱਲ ਕਰਾਂਗੇ ਔਰਤਾਂ ਤੇ ਮਰਦਾਂ ਦੇ ਬਾਰੇ ਲੇਕਿਨ ਜੇ ਮੈਂ ਬੱਚਿਆਂ ਦੀ ਗੱਲ ਕਰਾਂ ਤੇ ਬੱਚਿਆਂ ਦੇ ਵਿੱਚ ਜਿਹੜੀਆਂ ਫੀਮੇਲਸ ਨੇ ਸਾਡੀਆਂ ਬੇਟੀਆਂ ਨੇ ਧੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਜਵਾਨੀ ਦੇ ਵਿੱਚ 17-18 ਸਾਲ ਦੇ 19 ਸਾਲ 20 ਸਾਲ ਦੀ ਉਮਰ 'ਚ ਜਿਹੜੇ ਸਿੰਪਟਮ ਪੈਦਾ ਹੁੰਦੇ ਸੀ ਬੋਡੀ ਦੇ ਬਿਨਾਰਕੀ ਇੱਕ ਜਿਹੜੀ ਸੀਗੀ ਜਿਹੜੇ ਪੀਰੀਅਡਸ ਜਿਹੜੇ ਸੀ ਉਹ ਪਹਿਲਾਂ ਆ ਜਾਂਦੇ ਸੀ ਜੀ ਜੀ ਬਿਲਕੁਲ ਹਾਂ ਬਿਲਕੁਲ ਜਿਹੜੇ 16-17 ਸਾਲ ਦੀ ਉਮਰ 'ਚ ਜਾ ਕੇ ਫੀਮੇਲਸ ਨੂੰ ਜਿਹੜਾ ਸਾਈਕਲ ਸ਼ੁਰੂ ਹੁੰਦਾ ਸੀ ਉਹ ਅੱਜ ਕੱਲ੍ਹ 8-9-9 ਸਾਲ ਦੇ ਬੱਚਿਆਂ ਨੂੰ ਆ ਰਿਹਾ ਉਹਦੇ ਵਿੱਚ ਦੁੱਧ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੈਗਾ ਜੇ ਗੱਲ ਕਰੀਏ ਬੱਚਿਆਂ ਦੇ ਵਿੱਚ ਲੜਕਿਆਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਵੀ ਜਿਵੇਂ ਗਾਇਨੋਮੇਸ਼ੀ ਜਿਹਨੂੰ ਕਹਿੰਦੇ ਮੇਲ ਬ੍ਰੈਸਟ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਮੁੰਡਿਆਂ ਦੇ ਵਿੱਚ ਤੁਸੀਂ ਦੇਖਦੇ ਹੋ ਅੱਜ ਕੱਲ੍ਹ ਦਾੜੀ ਨਹੀਂ ਆ ਰਹੀਗੀ ਉਹਨਾਂ ਦੀ ਆਵਾਜ਼ ਬਹੁਤ ਪਤਲੀ ਹੈ ਜਾਂ ਉਹਨਾਂ ਦੇ ਵਿੱਚ ਕੁੜੀਆਂ ਵਾਲੇ ਸਿੰਟਮ ਆ ਰਹੇ ਨੇ ਬਿਲਕੁਲ ਪ੍ਰੋਲੈਕਟਿਨ ਵਗੈਰਾ ਜਿਹੜੇ ਹਾਰਮੋਨ ਨੇ ਉਹਨਾਂ ਦੇ ਵੱਧਦੇ ਨੇ ਸੋ ਇਹ ਸਾਰੀ ਜਿਹੜੀ ਸਮੱਸਿਆ ਕਿਤੇ ਨਾ ਕਿਤੇ ਇਹਦੇ ਪਿੱਛੇ ਦੁੱਧ ਜਿਹੜਾ ਉਹ ਜ਼ਿੰਮੇਵਾਰ ਹੈ ਤੇ ਸਾਡੀਆਂ ਸਰਕਾਰਾਂ ਕੋਈ ਖਾਸ ਇਹਦੇ ਤੇ ਕੋਈ ਐਕਸ਼ਨ ਨਹੀਂ ਲੈ ਰਹੀ ਜੀ ਜੀ ਸਰਕਾਰਾਂ ਦੀ ਗੱਲ ਕਰੀਏ ਡਾਕਟਰ ਸਾਹਿਬ ਤਾਂ ਸਰਕਾਰ ਜਿਹੜੀ ਹੈ ਉਹ ਇਹਦੇ 'ਚ ਕਾਨੂੰਨ ਤਾਂ ਬੜੇ ਸਖ਼ਤ ਬਣਾਏ ਹੋਏ ਨੇ ਥੋੜ੍ਹਾ ਜਿਹਾ ਮੈਂ ਵੀ ਪੜ੍ਹ ਕੇ ਦੱਸਦਾ ਕਾਨੂੰਨ ਦੇ ਹਿਸਾਬ ਨਾਲ ਅਜਿਹੇ ਖੁਰਾਕ ਪਦਾਰਥ ਜਿਸ ਦੀ ਕੁਆਲਿਟੀ ਖਰਾਬ ਹੈ ਪਰ ਜਿਸ ਨਾਲ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਹੋਇਆ ਉਸ ਦੀ ਮਿਲਾਵਟ ਨਾਲ 6 ਮਹੀਨੇ ਤੱਕ ਦੀ ਜੇਲ੍ਹ ਦੇ 1,00,000 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ ਜੇ ਇਸ ਨਾਲ ਕਿਸੇ ਨੂੰ ਨੁਕਸਾਨ ਹੋਇਆ ਤਾਂ 6 ਸਾਲ ਦੀ ਜੇਲ੍ਹ ਤੇ 5,00,000 ਰੁਪਏ ਜੁਰਮਾਨਾ ਹੋ ਸਕਦਾ ਹੈ ਮੌਤ ਹੋਣ ਦੀ ਸਥਿਤੀ ਵਿੱਚ 7 ਸਾਲ ਦੀ ਜੇਲ੍ਹ ਤੇ 10,00,000 ਰੁਪਏ ਜੁਰਮਾਨਾ ਤੋਂ ਵੱਧ ਜੁਰਮਾਨਾ ਲਗਾਇਆ ਸਕਦਾ ਫੂਡ ਸੇਫਟੀ ਐਕਟ 2006 ਤਹਿਤ ਮਿਲਾਵਟ ਕਰਨ ਦੇ ਦੋਸ਼ੀ ਨੂੰ 4-10 ਸਾਲ ਦੀ ਕੈਦ ਤੇ 10,00,000 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਪਰ ਇਹ ਕਾਨੂੰਨ ਸਿਰਫ ਫਾਰਮੈਲਿਟੀ ਬਣ ਕੇ ਹੀ ਰਹਿ ਗਿਆ ਜੁਰਮਾਨੇ ਤੋਂ ਇਲਾਵਾ ਕਿਸੇ ਹੋਰ ਮਿਲਾਵਟਖੋਰ ਨੂੰ ਸਜ਼ਾ ਹੁੰਦੀ ਨਜ਼ਰ ਨਹੀਂ ਆਉਂਦੀ ਹੁਣ ਆਈਏ ਆਪਾਂ ਗੱਲ ਕਿ ਦੁੱਧ ਜਿਹੜਾ ਉਹ ਬਣਾਉਂਦੇ ਕਿਵੇਂ ਸਭ ਤੋਂ ਪਹਿਲਾਂ ਗੱਲ ਆਏਗੀ ਰਸਾਇਣ ਮਿਲਾ ਕੇ ਦੁੱਧ ਮਿਲਾਉਣ ਦੀ ਵੀ ਰਸਾਇਣ ਮਿਲਾ ਕੇ ਵੀ ਬੜਾ
ਚਰਚਾ ਚ ਆਉਂਦਾ ਵੀ ਰਸਾਇਣ ਬੁਲਾ ਕੇ ਦੁੱਧ ਬਣਾਉਂਦਾ ਜੀ ਥੋੜਾ ਜਿਹਾ ਚਾਨਣਾ ਪਾਓਗੇ ਵੀ ਕੀ ਤੁਹਾਡੇ ਕੋਲ ਹੈ ਇਹਦੀ ਕੋਈ ਜੀ ਕਲਵੰਤ ਜੀ ਜਿਹੜਾ ਦੁੱਧ ਮਾਰਕੀਟ ਦੇ ਵਿੱਚ ਵਿਕ ਰਿਹਾ ਹੈ ਦੋ ਤਿੰਨ ਤਰੀਕੇ ਨਾਲ ਬਣਾਇਆ ਜਾਂਦਾ ਜੀ ਸਭ ਤੋਂ ਪਹਿਲਾਂ ਜਿਹੜਾ ਦੁੱਧ ਆਪਾਂ ਕਹਿੰਦੇ ਮਿਲਾਵਟੀ ਸਾਡੇ ਸਾਹਮਣੇ ਹੁੰਦਾ ਹੈ ਉਹਨੂੰ ਪਛਾਣਨਾ ਬੜਾ ਔਖਾ ਹੈ ਕਿਉਂਕਿ ਕਈ ਵਾਰ ਲੈਬਸ ਵਾਲੇ ਜਦੋਂ ਉਹਨੂੰ ਚੈੱਕ ਕਰਦੇ ਨੇ ਉਹਦੇ ਵਿੱਚ ਫੈਟ ਦੀ ਮਾਤਰਾ ਵੀ ਪੂਰੀ ਪਾਈ ਜਾਂਦੀ ਹੈ ਉਹਦੇ ਵਿੱਚ ਜੇ ਗੱਲ ਕਰੀਏ ਤੇ ਪੀਐਚ ਲੈਵਲ ਉਹਦਾ ਮੇਨਟੇਨ ਕਰ ਦਿੰਦੇ ਨੇ ਉਹ ਫੈਟ ਵਧਾਉਣ ਵਾਸਤੇ ਉਹਦੇ ਵਿੱਚ ਪਾਮ ਆਇਲ ਜਾਂ ਘਟੀਆ ਕਿਸਮ ਦਾ ਜਿਹੜਾ ਰਿਫਾਇੰਡ ਆਇਲ ਹੈ ਉਹ ਪਾਇਆ ਜਾਂਦਾ ਹੈ ਬਿਲਕੁਲ ਝੱਗ ਬਣਾਉਣ ਵਾਸਤੇ ਉਹਦੇ ਵਿੱਚ ਜਿਹੜਾ ਡਿਟਰਜੈਂਟ ਆਪਾਂ ਕੱਪੜੇ ਧੋਣ ਲਈ ਵਰਤਦੇ ਹਾਂ ਪੀਜ਼ੀ ਵਗੈਰਾ ਉਹ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਉਹਨੂੰ ਦੁਬਾਰਾ ਫਿਰ ਉਸ ਚੀਜ਼ ਨੂੰ ਸੈੱਟ ਕਰਨ ਦੇ ਲਈ ਉਹ ਮਿਕਸ ਕਰਨ ਦੇ ਲਈ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਜਿਵੇਂ ਅਰਾ ਰੋਟ ਹੈ ਜਾਂ ਇਸ ਤਰ੍ਹਾਂ ਦੇ ਹੋਰ ਕਈ ਕੈਮੀਕਲ ਪਾਏ ਜਾਂਦੇ ਨੇ ਪਿਛਲੇ ਇੱਕ ਰਿਪੋਰਟ ਆਈ ਸੀ ਉਹਦੇ ਵਿੱਚ ਜਦੋਂ ਉਹਨਾਂ ਨੇ ਦੁੱਧ ਦੇ ਸੈਂਪਲ ਚੈੱਕ ਕੀਤੇ ਨੈਸਲੇ ਕੰਪਨੀ ਦੀ ਗੱਲ ਕਰ ਰਹੇ ਤੇ ਉਹਦੇ ਵਿੱਚ ਉਹਨਾਂ ਨੇ ਬੜੇ ਹੈਰਾਨੀਜਨਕ ਖੁਲਾਸੇ ਕੀਤੇ ਸੀ ਕਿ ਦੁੱਧ ਦੇ ਵਿੱਚ ਜਿਹੜਾ ਟਾਇਲਟ ਕਲੀਨਰ ਹੈ ਉਹ ਵੀ ਕਿਤੇ ਨਾ ਕਿਤੇ ਉਹਦੇ ਅੰਸ਼ ਪਾਏ ਗਏ ਸੋ ਤੁਸੀਂ ਸੋਚ ਸਕਦੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਟਾਇਲਟ ਕਲੀਨ ਕਰਨ ਲਈ ਵਰਤਦੇ ਹਾਂ ਰਸਾਇਣ ਉਹ ਸਾਨੂੰ ਦੁੱਧ ਦੇ ਰੂਪ ਚ ਸਾਨੂੰ ਘੋਲ ਕੇ ਪਿਆਏ ਜਾ ਰਹੇ ਨੇ ਤੇ ਉਹਦੇ ਨਾਲ ਫਿਰ ਤੁਹਾਨੂੰ ਪਤਾ ਹੀ ਹੈ ਸਾਡੇ ਸਰੀਰ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਪੈਦਾ ਹੋਣਗੀਆਂ ਔਰ WHO ਦਾ ਜਿਹੜਾ ਇਹ ਅੰਕੜਾ ਹੈ ਮੇਰੇ ਹਿਸਾਬ ਨਾਲ 25 ਤੋਂ ਪਹਿਲਾਂ ਪਹਿਲਾਂ ਹੀ ਪਹੁੰਚ ਜਾਏਗਾ ਕਿਉਂਕਿ ਜਿਸ ਪੱਧਰ ਤੇ ਦੁੱਧ ਅਸੀਂ ਵਰਤਦੇ ਹਾਂ ਸਵੇਰੇ ਉੱਠਣ ਸਾਰ ਚਾਹ ਪੀਂਦੇ ਹਾਂ ਦਿਨ 'ਚ ਜਦੋਂ ਵੀ ਕੋਈ ਆਉਂਦਾ ਉਹਦੇ ਅੱਗੇ ਆਪਾਂ ਚਾਹ ਪਰੋਸਦੇ ਹਾਂ ਵੀ ਜੀ ਚਾਹ ਸਾਨੂੰ ਕਿਸੇ ਨੇ ਪੁੱਛੀ ਨਹੀਂ ਗੁੱਸੇ ਹੋਏ ਨੇ ਸੋ ਜਿਵੇਂ ਦੁੱਧ ਦੀ ਅਸੀਂ ਇੰਨੇ ਵਾਹ ਵਰਤੋਂ ਕਰ ਰਹੇ ਹਾਂ ਤੇ ਬਿਨਾਂ ਦੇਖੇ ਕਿ ਇਹ ਮਿਲਾਵਟੀ ਹੈ ਜਾਂ ਪਿਓਰ ਦੁੱਧ ਹੈ ਤੇ ਕਿਤੇ ਨਾ ਕਿਤੇ ਅਸੀਂ ਆਪਦੇ ਆਪ ਨੂੰ ਕੈਂਸਰ ਵੱਲ ਧੱਕ ਰਹੇ ਹਾਂ ਬਿਲਕੁਲ ਹੀ ਸ਼ਾਇਦ ਇਸੇ ਕਰਕੇ ਅੱਜ ਕੱਲ੍ਹ ਜਿਹੜੇ ਨੈਚੁਰੋਪੈਥ ਨੇ ਜਾਂ ਦੂਸਰੇ ਐਕਸਪਰਟਸ ਨੇ ਉਹ ਦੁੱਧ ਉਸ ਦੁੱਧ ਜਿਹੜਾ ਕਿ ਅੰਮ੍ਰਿਤ ਮੰਨਿਆ ਜਾਂਦਾ ਉਸ ਦੁੱਧ ਨੂੰ ਨਾ ਪੀਣ ਦੀ ਸਲਾਹ ਦੇ ਰਹੇ ਨੇ ਕਿ ਇਹ ਦੁੱਧ ਜਿਹੜਾ ਬਹੁਤ ਖਤਰਨਾਕ ਹੈ ਮਿਲਾਵਟੀ ਜਿਹੜੀ ਮਿਲਾਵਟਖੋਰ ਦੁੱਧ ਨੂੰ ਬਣਾਉਣ ਲਈ ਤੇਲ ਯੂਰੀਆ ਸੋਡਾ ਪਾਣੀ ਸੈਪਰੇਟਾ ਦੁੱਧ ਸੁੱਕਾ ਦੁੱਧ ਆਦਿ ਜਿਹੜੀਆਂ ਚੀਜ਼ਾਂ ਦਾ ਇਸਤੇਮਾਲ ਤਾਂ ਕਰਦੇ ਹੀ ਕਰਦੇ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਐਸੀਆਂ ਹੁੰਦੀਆਂ ਨੇ ਜਿਹੜੀਆਂ ਕਿ ਦੁੱਧ ਦੇ ਵਿੱਚ ਮਿਲਾਉਣ ਲਈ ਜਿਹਦੇ ਵਿੱਚ ਡਿਟਰਜੈਂਟ ਹੈਗਾ ਕਾਸਟਿਕ ਸੋਡਾ ਹੈਗਾ ਗਲੂਕੋਜ਼ ਹੈਗਾ ਸਿਰਕਾ ਮਾਲਟੋ ਡੈਕਸਟਰੀਨ ਪਾਊਡਰ ਹੈਗਾ ਸਫੇਦ ਪੇਂਟ ਰਿਫਾਈਨਡ ਤੇਲ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੁੱਧ ਨੂੰ ਜਿਹੜੇ ਬਣਾਉਣ ਦੇ ਵਿੱਚ ਕੀਤੇ ਆ ਤੇ ਹਾਈਡਰੋਜਨ ਪੈਰਾਕਸਾਈਡ ਜਿਹੜਾ ਇਦਾਂ ਖਤਰਨਾਕ ਹੋ ਜਾਂਦਾ ਇਹ ਵੀ ਪਾਇਆ ਜਾਂਦਾ ਹਾਈਡਰੋਜਨ ਪੈਰਾਕਸਾਈਡ ਕਦ ਲਈ ਵਰਤਿਆ ਜਾਂਦਾ ਹੈ ਜਦੋਂ ਗਰਮੀਆਂ ਦੇ ਵਿੱਚ ਜਿਹੜੇ ਦੁੱਧੀ ਭਰਾ ਨੇ ਉਹ ਦੁੱਧ ਲੈ ਕੇ ਜਦੋਂ ਪਿੰਡਾਂ 'ਚ ਚੱਲਦੇ ਨੇ ਸ਼ਹਿਰਾਂ ਵੱਲ ਨੂੰ ਤੇ ਸਪਲਾਈ ਕਰਦੇ ਕਰਦੇ ਕਿਉਂਕਿ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਘਰ ਵੀ ਦੂਰ ਦੂਰ ਨੇ ਤੇ ਉਹਦੇ ਕਰਕੇ ਕੀ ਹੈ ਉਹਨਾਂ ਦਾ ਜਿਹੜਾ ਦੁੱਧ ਹੈ ਜਦੋਂ ਗਰਮੀ ਵੱਧਦੀ ਹੈ ਤੇ ਦੁੱਧ ਫਟ ਜਾਂਦਾ ਹੈ ਦੁੱਧ ਫਟੇ ਨਾ ਉਹਦੇ 'ਚ ਜਿਹੜੀ ਫਰਮੈਂਟੇਸ਼ਨ ਹੈ ਉਹਨੂੰ ਰੋਕਣ ਵਾਸਤੇ ਉਹਦੇ 'ਚ ਹਾਈਡਰੋਜਨ ਜਿਹੜਾ ਹੈ ਪੈਰਾਕਸਾਈਡ ਮਿਲਾਇਆ ਜਾਂਦਾ ਜਿਹਦੇ ਨਾਲ ਖਤਰਨਾਕ ਹੈ ਜੀ ਹਾਂ ਬਿਲਕੁਲ ਉਹ ਕਿਤੇ ਨਾ ਕਿਤੇ ਸਾਡੇ ਜਿਹੜੇ ਓਸੋਫੇਗਸ ਦੇ ਕੈਂਸਰ ਨੂੰ ਲੈ ਕੇ ਹੈਪੇਟਾਈਟਿਸ ਸੀ ਦਾ ਜਿਹੜਾ ਕਾਰਨ ਹੈ ਉਹ ਹਾਈਡਰੋਜਨ ਪੈਰਾਕਸਾਈਡ ਬਣਦਾ ਹੈ ਜੀ ਬਿਲਕੁਲ ਜੀ ਇਸੇ ਕਰਕੇ ਸ਼ਾਇਦ WHO ਨੇ ਚੇਤਾਵਨੀ ਦਿੱਤੀ ਹੈ ਕਿ 87% ਜਨਤਾ ਜਿਹੜੀ ਹੈ 2025 ਤੱਕ ਕੈਂਸਰ ਦੀ ਸ਼ਿਕਾਰ ਹੋ ਸਕਦੀ ਹੈ ਜੀ ਟਾਇਲਟ ਕਲੀਨਰ ਵੀ ਜਿਹੜਾ ਮੈਂ ਸੁਣਿਆ ਵੀ ਇਹਦੇ ਵਿੱਚ ਪਾ ਕੇ ਬਿਲਕੁਲ ਨੈਸਲੇ ਕੰਪਨੀ ਨੇ ਪਿੱਛੇ ਜੇ ਇੱਕ ਸਰਵੇ ਕਰਾਇਆ ਸੀ ਉਹਦੇ ਵਿੱਚ ਜਿਹੜੇ ਬਹੁਤ ਵੱਡੇ ਦੁੱਧ ਉਤਪਾਦਕ ਨੇ ਜਿਹੜੇ ਨੈਸਲੇ ਨੂੰ ਕਈ ਲੱਖ ਲੀਟਰ ਜਿਹੜਾ ਦੁੱਧ ਦੇ ਰਹੇ ਸੀਗੇ ਤੇ ਜਦੋਂ ਉਹਨਾਂ ਨੇ ਜਾ ਕੇ ਉੱਥੇ ਜਾਂਚ ਕੀਤੀ ਤੇ ਦੇਖਿਆ ਵੀ ਜਿਹੜਾ ਬੰਦਾ ਸਾਨੂੰ 1 ਕੁਇੰਟਲ ਦੁੱਧ ਦੇ ਰਿਹਾ 100 ਲੀਟਰ ਦੇ ਰਿਹਾ ਤੇ ਉਹਨਾਂ ਦੇ ਘਰੇ ਜਿਹੜੀਆਂ ਮੱਝਾਂ ਆ ਉਹਦੇ ਚੋਂ ਮੈਕਸਿਮਮ 30 ਲੀਟਰ ਹੀ ਦੁੱਧ ਆ ਰਿਹਾ ਤੇ ਜਦੋਂ ਇਸ ਤਰ੍ਹਾਂ ਦੇ ਅੰਕੜੇ ਉਹਨਾਂ ਨੇ ਦੇਖੇ ਤੇ ਫਿਰ ਉਹਨਾਂ ਦੇ ਸੈਂਪਲ ਭਰੇ ਗਏ ਤੇ ਉਹ ਸੈਂਪਲਾਂ ਦੇ ਵਿੱਚ ਇੱਕ ਸੈਂਪਲ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਟਾਇਲਟ ਕਲੀਨਰ ਦੇ ਜਿਹੜੇ ਆ ਅੰਸ਼ ਉਹ ਵੀ ਪਾਏ ਗਏ ਜੀ ਬਿਲਕੁਲ ਜੀ ਇਹ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਰਿਪੋਰਟ ਲੱਗੀ ਸੀ ਤੇ ਉਹਦੇ ਮੁਤਾਬਕ ਮੋਗਾ 'ਚ ਦੁੱਧ ਤੋਂ ਉਤਪਾਦ ਬਣਾਉਣ ਵਾਲੀ ਕੰਪਨੀ ਜਿਹੜੀ ਨੈਸਲੇ ਆ ਉਹ ਦੁੱਧ ਉਤਪਾਦ ਦੀ ਕਾਲੀ ਸੂਚੀ ਦੇ ਵਿੱਚ ਬਹੁਤ ਸਾਰੇ ਜਿਹੜੇ ਉਤਪਾਦਾਂ ਜੀ ਬਿਲਕੁਲ ਉਹਨਾਂ ਨੇ ਪਾਇਆ ਹੈਗਾ ਤੇ ਜਿਹੜੇ ਦੁੱਧ ਜਿਹੜੇ ਪੈਦਾ ਕਰ ਰਹੇ ਨੇ ਉਹਨਾਂ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਹੈਗਾ ਸਹਾਇਕ ਸੇਫਟੀ ਅਫਸਰ ਡਾਕਟਰ ਜਤਿੰਦਰ ਸਿੰਘ ਵਿਰਕ ਦੇ ਅਨੁਸਾਰ ਜਿਹੜਾ ਇੱਥੇ ਡੇਅਰੀ ਤੇ ਮਠਿਆਈ ਦੀ ਦੁਕਾਨਾਂ ਤੋਂ ਉਤਪਾਦਾਂ ਦੀ ਗੁਣਵੱਤਾ ਪੱਖਾਂ ਦੀ ਤਿਉਹਾਰਾਂ ਦੇ ਮੱਦੇ ਨਜ਼ਰ ਜਿਹੜਾ ਉਹ ਤਾਂ ਕਰੇ ਹੀ ਜਾਂਦੇ ਸੀਗੇ ਲੇਕਿਨ ਨੈਸਲੇ ਦੇ ਅਧਿਕਾਰੀਆਂ ਦੇ ਅਨੁਸਾਰ ਜਿਹੜਾ ਪੰਜਾਬ ਵਿੱਚ ਨਕਲੀ ਦੁੱਧ ਦੀ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਫੈਕਟਰੀ ਦੇ ਉਤਪਾਦਾਂ ਤੋਂ ਘਰਾਂ ਵਿੱਚ ਜਾ ਜਿਹੜੇ ਫੈਕਟਰੀ ਦੇ ਉਤਪਾਦਾਂ ਦੇ ਉਤਪਾਦਕਾਂ ਦੇ ਘਰਾਂ 'ਚ ਜਾ ਕੇ ਜਿਹੜਾ ਉਹ ਦੁੱਧ ਦੀ ਜਿਹੜੀ ਆ ਪਸ਼ੂਆਂ ਦੀ ਪੜਤਾਲ ਕੀਤੀ ਗਈ ਤਾਂ ਉਹਦੇ 'ਚ ਪਤਾ ਲੱਗਿਆ ਗਿਆ ਕਿ ਕਰੀਬ 30 ਲੀਟਰ ਜਿਹੜਾ ਇੱਕ ਦੁੱਧ ਸੀਗਾ ਇੱਕ ਬੰਦੇ ਦੇ ਘਰੇ ਦੇ ਵਿੱਚ ਤੇ ਉਹਨਾਂ ਤੋਂ ਰੋਜ਼ਾਨਾ 80 ਤੋਂ 100 ਲੀਟਰ ਦੁੱਧ ਦੀ ਜਿਹੜੀ ਆ ਆਮਦ ਹੋ ਰਹੀ ਸੀ ਜੀ ਤੇ ਕੰਪਨੀ ਨੇ ਅਜਿਹੇ ਉਤਪਾਦਕਾਂ ਨੂੰ ਕਾਲੀ ਸੂਚੀ 'ਚ ਪਾਤਾ ਹੈ ਤੇ ਧਰਮਕੋਟ ਦੇ ਖੇਤਰ ਦੇ ਵਿੱਚ ਦੁੱਧ ਦੇ ਨਾਂ ਤੇ ਉਹ ਤੇ ਚਿੱਟਾ ਤਰਮ ਪਦਾਰਥ ਮੰਡਾ ਕੇ ਕਾਲਾ ਧੰਦਾ ਜਿਹੜਾ ਜੋਰਾਂ ਦੇ ਵਿੱਚ ਚਲਾਇਆ ਜਾ ਰਿਹਾ ਸੀ ਸੁੱਕੇ ਦੁੱਧ ਜਾਂ ਸਿੰਥੈਟਿਕ ਨੁਮਾ ਪਾਊਡਰ ਨੂੰ ਪਾਣੀ 'ਚ ਘੋਲ ਕੇ ਬਣਾਉਂਦੇ ਹੋਏ ਸੀ ਤੇ ਇਹਨਾਂ ਲੋਕਾਂ ਨੂੰ ਵੀ ਜਿਹੜਾ ਉਹ ਬੈਨ ਕਰਤਾ ਗਿਆ ਸੀ ਕਿਉਂਕਿ ਕੰਪਨੀ ਜਿਹੜੀ ਆ ਇਹ ਵੀ ਜਿਹੜੀ ਆ ਇੰਡੀਅਨ ਨਹੀਂ ਹੈਗੀ ਕੰਪਨੀ ਜਿਹੜੀ ਆ ਇਹ ਵੀ ਬਾਹਰ ਦੀ ਨੈਸਲੇ ਜੀ ਮੈਂ ਇੱਕ ਵਾਰ ਮੈਨੂੰ ਜਾਣ ਦਾ ਮੌਕਾ ਮਿਲਿਆ ਨੈਸਲੇ ਕੰਪਨੀ ਦੇ ਵਿੱਚ ਤੇ ਮੇਰਾ
ਤੁਹਾਨੂੰ ਇਨਰ ਦਿੱਤਾ ਜਾਂਦਾ ਪਾਉਣ ਵਾਸਤੇ, ਉਹ ਪਾ ਕੇ ਤੁਹਾਡੇ ਜਿਹੜੇ ਜੇ ਦਾੜੀਧਾਰੀ ਹੋ ਤੁਸੀਂ ਤੇ ਮੂੰਹ ਦੇ ਉੱਤੇ ਮਾਸਕ ਲਗਾ ਕੇ ਤੁਹਾਡੀ ਐਂਟਰੀ ਹੁੰਦੀ ਹੈ। ਅਤੇ ਉੱਥੇ ਮੇਰੇ ਇੱਕ ਜਾਣਕਾਰ ਸੀ ਜਿਹੜੇ ਕਿ ਲੈਬ ਦੇ ਵਿੱਚ ਅਟੈਂਡੈਂਟ ਸੀਗੇ। ਜਦੋਂ ਅਸੀਂ ਉੱਥੇ ਗਏ ਤਾਂ ਦੇਖਿਆ ਜੀ, ਦੋ ਚੀਜ਼ਾਂ ਮੈਂ ਸ਼ੇਅਰ ਕਰਨਾ ਚਾਹਾਂਗਾ ਦਰਸ਼ਕਾਂ ਨਾਲ, ਹਾਲਾਂਕਿ ਮੇਰੀ ਇਹਦੇ ਨਾਲ ਕੋਈ ਅਟੈਂਸ਼ਨ ਨਹੀਂ ਗੀ ਪਰਸਨਲ ਨੈਸਲੇ ਨਾਲ, ਪਰ ਜਿਹੜੀ ਕਹਿੰਦੇ ਦੁਸ਼ਮਣ ਦੀ ਵੀ ਜੇ ਗੁਣ ਹੋਵੇ ਤਾਂ ਤਾਰੀਫ ਕਰਨੀ ਚਾਹੀਦੀ ਹੈ। ਪਹਿਲੀ ਚੀਜ਼ ਤਾਂ ਉਹਨਾਂ ਦੇ ਸਾਫ਼ ਸਫਾਈ ਬਹੁਤ ਜ਼ਿਆਦਾ ਸੀਗੀ, ਦੂਸਰਾ ਉਹਦੇ ਵਿੱਚ ਜਿਹੜਾ ਉਹਨਾਂ ਨੇ ਦੁੱਧ ਦੇ ਦੋ ਕੰਟੇਨਰ ਜਿਹਦਾ ਸੈਂਪਲ ਫੇਲ ਹੋ ਗਿਆ, ਉਹ ਦੁੱਧ ਨੂੰ ਗੇਟ ਦੇ ਨਾਲ ਹੀ ਇੱਕ ਸੀਵਰੇਜ ਬਣਿਆ ਉਹਦੇ ਵਿੱਚ ਡਰੇਨ ਕੀਤਾ, ਬਾਹਰ ਵਾਪਸ ਨਹੀਂ ਭੇਜਿਆ। ਉਹ ਜਿਹੜਾ ਦੁੱਧ ਉਹਨਾਂ ਨੇ ਸੈਂਪਲ ਫੇਲ ਹੋ ਗਏ ਉਹਨੂੰ ਉੱਥੇ ਸੀਵਰੇਜ ਦੇ ਵਿੱਚ ਜਿਹੜਾ ਮਿਲਾਵਟੀ ਦੁੱਧ ਸੀ ਜੋ ਸਟੈਂਡਰਡ ਨਹੀਂ ਕਲੀਅਰ ਕਰ ਰਿਹਾ ਸੀ ਉਹਨੂੰ ਉੱਥੇ ਉਹਨਾਂ ਨੇ ਡਰੇਨ ਕਰਤਾ ਸੀਵਰੇਜ ਦੇ ਵਿੱਚ। ਦੂਸਰਾ ਚੀਜ਼ ਦਾ ਮੈਂ ਜਿਹੜਾ ਦੇਖਿਆ ਕਿ ਜਿਵੇਂ ਸਾਡੇ ਮਾਨਵਤਾ ਦਾ ਸੁਨੇਹਾ ਦੇ ਕੇ ਗਏ ਨੇ ਸਾਡੇ ਗੁਰੂ ਪੈਗੰਬਰ, ਉੱਥੇ ਜਿਹੜਾ ਵਾਚਮੈਨ ਹੈ, ਸਫਾਈ ਸੇਵਕ ਹੈ ਤੇ ਚਾਹੇ ਐਮ ਡੀ ਹੈ ਨੈਸਲੇ ਦਾ, ਉਹ ਇੱਕੋ ਕੰਟੀਨ 'ਚ ਇੱਕੋ ਟੇਬਲ 'ਤੇ ਬਹਿ ਕੇ ਰੋਟੀ ਖਾਂਦੇ ਨੇ। ਸੋ ਕੰਪਨੀ ਜਿਹੜੇ ਆ ਉਹਨਾਂ ਦੇ ਅਸੂਲ ਬਹੁਤ ਅੱਛੇ ਨੇ, ਅਤੇ ਅੱਜ ਉਹੀ ਸਰਵੇ ਸਾਡੇ ਲਈ ਕਰਕੇ ਉਹਨਾਂ ਨੇ ਸਾਡੇ ਅੱਖਾਂ ਅੱਗੇ ਰੱਖਿਆ ਕਿ ਸਾਡੇ ਨਾਲ ਦੁੱਧ ਦੇ ਨਾਂ 'ਤੇ ਕਿੱਡਾ ਵੱਡਾ ਖਿਲਵਾੜ ਕੀਤਾ ਜਾ ਰਿਹਾ ਸਾਡੇ ਸਰੀਰ ਦੇ ਵਿੱਚ। ਦਿਨੋਂ ਦਿਨ ਜਿਹੜੇ ਵੱਧਦੀਆਂ ਬਿਮਾਰੀਆਂ ਨੇ ਉਹ ਕਿਸੇ ਨਾ ਕਿਸੇ ਕਰਕੇ ਇਹ ਜਿਹੜਾ ਦੁੱਧ ਹੈ ਜ਼ਿੰਮੇਵਾਰ ਹੈ ਜੀ। ਅਤੇ ਇਹ ਦੁੱਧ ਨੂੰ ਦੂਸ਼ਿਤ ਕਰਨ ਦੇ ਕੁਛ ਹੋਰ ਵੀ ਜਿਹੜੇ ਨੇ ਉਹ ਤਰੀਕੇ ਕੱਢੇ ਗਏ ਨੇ, ਜਿਵੇਂ ਸੁਣਿਆ ਜੀ ਆਕਸੀਟੋਕਸਿਨ ਦੇ ਇੰਜੈਕਸ਼ਨ ਲਾਉਂਦੇ ਨੇ ਜਾਂ ਹੋਰ ਵੀ ਬਹੁਤ ਸਾਰਾ ਕੰਮ ਕਰਦਾ ਜੀ ਜੀ ਜੀ। ਸਭ ਤੋਂ ਪਹਿਲਾਂ ਤਾਂ ਜਦੋਂ ਸਫੇਦ ਕ੍ਰਾਂਤੀ ਆਈ ਆ, ਹਰੀ ਕ੍ਰਾਂਤੀ, ਇਹ ਤੋਂ ਬਾਅਦ ਜਦੋਂ ਸਫੇਦ ਕ੍ਰਾਂਤੀ ਆਈ ਆ, ਉਹ ਕ੍ਰਾਂਤੀ ਦਾ ਜਿਹੜਾ ਮੁੱਖ ਕਾਰਨ ਸੀਗਾ ਪੰਜਾਬ ਦੇ ਵਿੱਚ ਜਿਹੜੀਆਂ ਗਾਵਾਂ ਆਈਆਂ, ਅਮਰੀਕਨ ਗਾਵਾਂ ਜਿਹਨੂੰ ਕਹਿੰਦੇ ਆ, ਠੀਕ ਹੈ ਜੀ, ਉਹ ਗਾਵਾਂ ਲਿਆ ਕੇ ਪੰਜਾਬ ਦੇ ਵਿੱਚ ਦੁੱਧ ਜ਼ਿਆਦਾ ਪੈਦਾ ਕੀਤਾ ਗਿਆ। ਦੂਸਰੇ ਨੰਬਰ 'ਤੇ ਦੁੱਧ ਦੀ ਪ੍ਰੋਡਕਸ਼ਨ ਵਧਾਉਣ ਵਾਸਤੇ ਇਹਨੂੰ ਜੀ ਐਮ ਪੀ ਕੀਤਾ ਗਿਆ। ਹੁਣ ਜੀ ਐਮ ਪੀ ਕਿਵੇਂ ਕੀਤਾ ਗਿਆ, ਜਿਹੜੇ ਪੱਠੇ ਆ ਉਹਨਾਂ ਨੂੰ ਸਪਰੇ ਪਾ ਕੇ ਪੈਦਾ ਕਰਨਾ ਸ਼ੁਰੂ ਕਰਤਾ। ਦੂਸਰਾ ਜਿਹੜਾ ਯੂਰੀਆ ਜਿਹੜਾ ਉਹਦਾ ਇਸਤੇਮਾਲ ਬਹੁਤ ਜ਼ਿਆਦਾ ਹੋਣ ਲੱਗ ਗਿਆ ਪੱਠਿਆਂ 'ਚ, ਉਹ ਵੀ ਕਿਤੇ ਨਾ ਕਿਤੇ ਦੁੱਧ ਦੇ ਰਾਹੀਂ ਸਾਡੇ ਸਰੀਰ 'ਚ ਆਉਣਾ ਸ਼ੁਰੂ ਹੋ ਗਿਆ। ਆਕਸੀਟਾਈਜ਼ਨ ਇੰਜੈਕਸ਼ਨ ਤਾਂ ਕੁਇੰਟਲਾਂ ਦੇ ਹਿਸਾਬ ਨਾਲ ਹਜ਼ਾਰਾਂ ਲੋਕਾਂ ਨੇ ਕਰਿਆਨੇ ਵਾਲੀ ਦੁਕਾਨਾਂ 'ਤੇ ਵੇਖਦਾ ਦੇਖਿਆ, ਔਰ ਜਿਹੜਾ ਅੱਜ ਬੈਨ ਹੋ ਚੁੱਕਿਆ ਲੇਕਿਨ ਈਜ਼ੀਲੀ ਅੱਜ ਵੀ ਅਵੇਲੇਬਲ ਹੈ ਬਾਜ਼ਾਰ 'ਚ, ਕੰਪਨੀਆਂ ਬਣਾ ਰਹੀਆਂ ਨੇ ਅਤੇ ਲੋਕ ਵਰਤ ਰਹੇ ਨੇ ਡੇਅਰੀ ਉਤਪਾਦਕ। ਇਸ ਤੋਂ ਇਲਾਵਾ ਕਲਵੰਜੀ ਜਿਹੜੇ ਮੈਂ ਤੁਹਾਨੂੰ ਪਿਛਲੇ ਕਈ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਕਿ ਕਣਕ ਤੋਂ ਮਹਿੰਗਾ ਗੁੱਲੀ ਡੰਡਾ ਵਿਕਦਾ। ਗੁੱਲੀ ਡੰਡਾ ਇੱਕ ਨਦੀਨ ਹੈ ਜਿਹੜਾ ਕਿ ਪਸ਼ੂਆਂ ਨੂੰ ਫੀਡ ਦੇ ਵਿੱਚ ਮਿਲਾ ਕੇ ਖਵਾਇਆ ਜਾਂਦਾ, ਜਿਹਦੇ ਨਾਲ ਉਹਨਾਂ ਦੇ ਜਿਹੜੇ ਦੁੱਧ ਹੈ ਉਹ ਵੱਧ ਜਾਂਦਾ, ਵਾਧਾ ਹੋ ਜਾਂਦਾ ਬਿਲਕੁਲ, ਅਤੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਬਾਡੀ ਦੇ ਜਿਹੜੇ ਹਾਰਮੋਨ ਨੇ ਉਹ ਡਿਸਟਰਬ ਹੁੰਦੇ, ਜਿਹੜਾ ਥਾਇਰਾਇਡ ਹੋ ਰਿਹਾ ਅੱਜ ਕੱਲ੍ਹ ਛੋਟੇ ਬੱਚਿਆਂ ਨੂੰ, ਬੰਦਿਆਂ ਮੇਲਸ ਦੇ ਵਿੱਚ ਥਾਇਰਾਇਡ ਦੀ ਸਮੱਸਿਆ ਬਹੁਤ ਘੱਟ ਦੇਖਣ ਨੂੰ ਮਿਲਦੀ ਸੀ, ਜਿਹੜੀ ਕਿ ਅੱਜ ਮੇਲਸ ਦੇ ਵਿੱਚ ਵੀ ਥਾਇਰਾਇਡ ਹੋ ਗਿਆ, ਉਹਦਾ ਕਾਰਨ ਜਿਹੜਾ ਇਹ ਮਿਲਾਵਟੀ ਦੁੱਧ ਹੈ, ਆਕਸੀਟਾਈਜ਼ਨ ਇੰਜੈਕਸ਼ਨ ਹੈ। ਇਸੇ ਕਰਕੇ ਹੀ ਸਾਡੇ ਸਰੀਰ ਦੇ ਜਿਹੜੇ ਪ੍ਰੋਲੈਕਟਿਨ ਹੈ, ਐਫ ਐਸ ਐਚ ਪ੍ਰੋਲੈਕਟਿਨ ਹੈ, ਆਕਸੀਟਾਈਜ਼ਨ ਦੇ ਕਰਕੇ ਜਿਹੜੇ ਸਾਡੇ ਹਾਰਮੋਨ ਨੇ ਉਹ ਸਾਰੇ ਇੰਬੈਲੈਂਸ ਹੋ ਰਹੇ ਨੇ, ਜਿਹਦੇ ਕਰਕੇ ਮੇਲਸ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਜਿਹੜਾ ਬਹੁਤ ਜ਼ਿਆਦਾ ਘੱਟ ਰਿਹਾ, ਅਤੇ ਕਿਤੇ ਨਾ ਕਿਤੇ ਇਹ ਬਿਮਾਰੀ ਦੇ ਜਿਹੜੇ ਕਾਰਨ ਬਣ ਰਹੇ ਨੇ ਜੀ। ਬਿਲਕੁਲ ਜੀ, ਪ੍ਰਜਨਨ ਅੰਗਾਂ 'ਤੇ ਸਿੱਧਾ ਅਸਰ ਪੈ ਰਿਹਾ, ਅਤੇ ਨਪੁੰਸਕਤਾ ਦਾ ਜਿਹੜਾ ਕਾਰਨ ਹੈ ਸਭ ਤੋਂ ਵੱਡਾ ਜਿਹੜਾ ਪੰਜਾਬ ਦੇ ਵਿੱਚ ਪਨਪ ਰਿਹਾ, ਉਹਦੇ ਪਿੱਛੇ ਇਹ ਕਾਰਨ ਰਹੇ ਨੇ, ਲੇਡੀਜ਼ ਦੇ ਅੰਦਰ ਜਿਹੜੀਆਂ ਯੂਟਰਸ ਦੀਆਂ ਸਮੱਸਿਆਵਾਂ ਹੋ ਗਈਆਂ, ਐਸਟ੍ਰੋਜਨ ਹਾਰਮੋਨ ਜਿਹੜਾ ਵੱਧ ਰਿਹਾ ਹੈ, ਆਕਸੀਟੋਕਸਿਨ ਜਿਹੜਾ ਐਸਟ੍ਰੋਜਨ ਹਾਰਮੋਨ ਨੂੰ ਵਧਾਉਣ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰ ਰਿਹਾ ਹੈ, ਇਹਦੇ ਨਾਲ ਹਾਰਮੋਨਲ ਇੰਬੈਲੈਂਸਿੰਗ ਹੋ ਰਹੀ ਹੈ, ਯੂਟਰਸ ਦੀਆਂ ਸਮੱਸਿਆਵਾਂ ਆ ਰਹੀਆਂ ਨੇ, ਮੇਲ ਦੇ ਵਿੱਚ ਜਿਹੜੇ ਪ੍ਰੋਸਟੇਟ ਦੀਆਂ ਸਮੱਸਿਆਵਾਂ ਜ਼ਿਆਦਾ ਆ ਰਹੀਆਂ ਨੇ, ਕੈਂਸਰ ਵੱਧ ਰਹੇ ਨੇ ਪ੍ਰੋਸਟੇਟ ਦੇ, ਇਹ ਇੱਕ ਵੱਡਾ ਕਾਰਨ ਜਿਹੜਾ ਇਹਦੇ 'ਚ ਨਿਕਲ ਕੇ ਸਾਹਮਣੇ ਆ ਰਿਹਾ। ਪੁਰਸ਼ਾਂ ਦੀ ਸਿਹਤ ਦੇ ਉੱਤੇ ਕਿਸ ਤਰੀਕੇ ਦੇ ਨਾਲ ਮਾੜੇ ਅਸਰ ਪੈ ਰਹੇ ਨੇ, ਥੋੜ੍ਹਾ ਜਿਹਾ ਚਾਨਣਾ ਪਾਉਂਗੇ ਕਲਵੰਜੀ? ਮਰਦਾਂ ਦੀ ਵਿੱਚ ਜੇ ਮਰਦਾਂਗੀ ਦੀ ਗੱਲ ਕਰਾਂ ਤਾਂ ਟੈਸਟੋਸਟੇਰੋਨ ਹਾਰਮੋਨ ਜਿਹੜਾ ਬਹੁਤ ਜ਼ਰੂਰੀ ਹੈ ਜੀ। ਸਾਡੇ ਫੇਸ ਤੇ ਜਿਹੜੇ ਵਾਲ ਆਉਂਦੇ, ਦਾੜੀ ਦੇ ਵਿੱਚ ਮੁੱਛਾਂ ਆਉਂਦੀਆਂ ਨੇ, ਸਾਡੀ ਆਵਾਜ਼ ਦਾ ਭਾਰਾ ਹੋਣਾ, ਇਸੇ ਤਰ੍ਹਾਂ ਸਾਡੇ ਪ੍ਰਜਨ ਅੰਗ ਜਿਹੜੇ ਆ ਉਹਨਾਂ ਦਾ ਵਿਕਸਿਤ ਹੋਣਾ, ਸਾਡੇ ਸਰੀਰ ਸ਼ੁਕਰਾਣੂਆਂ ਦਾ ਬਣਨਾ, ਸਾਡੀ ਮੇਲ ਇਨਫਰਟੀਲਿਟੀ ਜਿਹੜੀ ਹੈ, ਲਿਬਿਡੋ ਪੈਦਾ ਹੋਣਾ, ਉਹ ਸਾਰੇ ਚੀਜ਼ਾਂ ਦੇ ਪਿੱਛੇ ਕਿਤੇ ਨਾ ਕਿਤੇ ਟੈਸਟੋਸਟੇਰੋਨ ਹਾਰਮੋਨ ਕੰਮ ਕਰਦਾ। ਸੋ ਜਦੋਂ ਬੋਡੀ ਦੇ ਵਿੱਚ ਆਕਸੀਟਾਈਜ਼ਨ ਵੱਧਦਾ ਤੇ ਜਿਹੜਾ ਟੈਸਟੋਸਟੇਰੋਨ ਉਹ ਘਟਦਾ। ਬਿਲਕੁਲ, ਟੈਸਟੋਸਟੇਰੋਨ ਹਾਰਮੋਨ ਦਰਸ਼ਕਾਂ ਨੂੰ ਜਾਣਕਾਰੀ ਦੱਸਦਾ, ਫੀਮੇਲ 'ਚ ਵੀ ਪਾਇਆ ਜਾਂਦਾ ਬਿਲਕੁਲ, ਪਰ ਉਹਨਾਂ ਦੀ ਗਰੋਥ ਲਈ ਉਹਨਾਂ ਜਿੰਨਾ ਲੋੜਵੰਦ ਹੈ ਉਨਾ ਹੀ ਰਹਿੰਦਾ, ਬੋਡੀ ਵਧਾਉਂਦੀ ਨੀਗੀ, ਪਰ ਜਦੋਂ ਲੋੜ ਤੋਂ ਜ਼ਿਆਦਾ ਵੱਧ ਜਾਂਦਾ ਤਾਂ ਲੇਡੀਜ਼ ਦੇ ਵਿੱਚ ਵੀ ਫੇਸ ਦੇ ਉੱਤੇ ਵਾਲ ਆਉਣੇ ਜਾਂ ਬਿਲਕੁਲ ਇਸ ਤਰ੍ਹਾਂ ਦੇ ਮੇਲ ਵਾਲੇ ਸਿਮਟਮ ਆਉਣੇ ਸ਼ੁਰੂ ਹੋ ਜਾਂਦੇ ਆ, ਹਾਈਟ ਜ਼ਿਆਦਾ ਵੱਧ ਜਾਂਦੀ ਹੈ ਲੇਡੀਜ਼ ਦੀ। ਸੋ ਇਸੇ ਤਰ੍ਹਾਂ ਮਰਦਾਂ ਦੇ ਵਿੱਚ ਜਦੋਂ ਇਹ ਆਕਸੀਟਾਈਜ਼ਨ ਜਾਂਦਾ ਤੇ ਉਹ ਸਰੀਰ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਟੈਸਟੋਸਟੇਰੋਨ ਹਾਰਮੋਨ ਹੈ ਉਹਨੂੰ ਘਟਾ ਦਿੰਦਾ, ਤੇ ਉਹਦੇ ਨਾਲ ਮੇਲ ਦੇ ਵਿੱਚ ਗਾਇਨੋਮੇਸ਼ੀਆ ਇੱਕ ਛਾਤੀ ਮੇਲ ਬੋਨਸ ਜਿਹੜੇ ਬੰਦਿਆਂ ਦੇ, ਹਾਂ ਛਾਤੀ ਆਣੀ ਸ਼ੁਰੂ ਹੋ ਜਾਂਦੀ, ਦੇਖਣ ਨੂੰ ਫੀਮੇਲ ਵਾਂਗੂ ਉਹਨਾਂ ਦੇ ਵਿਕਾਸ ਹੁੰਦਾ। ਐਲੋਪੈਥੀ ਡਾਕਟਰ ਨੂੰ ਕਹਿੰਦੇ ਕਿ ਤੁਸੀਂ ਇਹਦਾ ਆਪਰੇਟ ਕਰਾ ਲਓ, ਔਰ ਆਪਰੇਟ ਦੇ ਕਰਾਉਣ ਦੇ ਬਾਵਜੂਦ ਵੀ ਦੁਬਾਰਾ ਫਿਰ ਗਰੋਥ ਹੋਣੀ ਸ਼ੁਰੂ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਜਿਹੜਾ ਕਾਰਨ ਟੈਸਟੋਸਟੇਰੋਨ ਹਾਰਮੋਨ ਵੀਕ ਹੋਣਾ, ਪ੍ਰੋਲੈਕਟਿਨ ਹਾਰਮੋਨ ਵਧਣਾ,
ਸੋ ਇਸ ਕਰਕੇ ਜਿਹੜੇ ਮਰਦਾਂ ਦੇ ਜਿਹੜੇ ਪ੍ਰਜਨਨ ਅੰਗ ਹੈ ਉਹ ਵੀ ਉਹਨਾਂ ਦਾ ਵਿਕਾਸ ਨਹੀਂ ਹੁੰਦਾ ਗਾ ਜਾਂ ਮਰਦਾਂ ਦੇ ਵਿੱਚ ਤੁਸੀਂ ਦੇਖਿਆ ਹੁਣ ਅੱਜ ਕੱਲ੍ਹ ਲੜਕੇ ਜਿਹੜੇ ਆ ਉਹ ਲੜਕੀਆਂ ਦੀ ਤਰ੍ਹਾਂ ਬਿਹੇਵ ਕਰਦੇ ਨੇ ਬਿਲਕੁਲ ਠੀਕ ਹੈ ਉਹਨਾਂ ਨੂੰ ਲੜਕੀਆਂ ਤਰ੍ਹਾਂ ਸਹਿਣਾ ਸਭ ਨੂੰ ਚੰਗਾ ਲੱਗਦਾ ਹੈ ਜਾਂ ਉਸ ਤਰ੍ਹਾਂ ਦਾ ਆਪਾਂ ਕਈ ਵਾਰ ਗੇ ਔਰ ਜਿਹੜੇ ਲੈਸਬੀਅਨ ਦਾ ਜਿਹੜਾ ਇਹ ਵੀ ਪਾਰਟ ਇਹਦੇ ਪਿੱਛੇ ਹਾਰਮੋਨ ਇੰਬੈਲੈਂਸ ਹੈ ਤੇ ਉਹ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਜਿਹੜਾ ਆਕਸੀਟਾਈਸਨ ਇੰਜੈਕਸ਼ਨ ਹੈ ਜਿਹੜਾ ਦੁੱਧ ਦੇ ਰਾਹੀਂ ਸਾਡੇ ਸਰੀਰ ਦੇ ਵਿੱਚ ਜਾ ਰਿਹਾ ਡਾਕਟਰ ਸਾਹਿਬ ਮੇਲ ਤਾਂ ਟੱਚ ਕਰ ਲਿਆ ਹੁਣ ਫੀਮੇਲ ਬਾਰੇ ਵੀ ਦੱਸ ਦਿਓ ਵੀ ਇਹਦੇ 'ਤੇ ਕੀ ਅਸਰ ਪੈ ਰਿਹਾ ਫੀਮੇਲ ਦੇ ਵਿੱਚ ਅੱਜ ਕੱਲ੍ਹ ਹਰ ਤੀਜੀ ਔਰਤ ਨੂੰ ਭੈਣਾਂ ਨੂੰ ਬੱਚੀਆਂ ਨੂੰ ਸਾਡੀਆਂ ਨੂੰ PCOD ਹੋ ਰਿਹਾ ਉਹਦਾ ਕਾਰਨ ਵੀ ਆਕਸੀਟਾਈਸਨ ਹੀ ਜਿਹੜਾ ਸਾਡੇ ਸਰੀਰ ਦੇ ਵਿੱਚ ਵੱਧ ਰਿਹਾ ਉਹਦੇ ਕਰਕੇ ਹੈ ਇਸੇ ਤਰ੍ਹਾਂ ਫੀਮੇਲਸ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਕਿ ਜਿਹੜੀਆਂ ਬੱਚੀਆਂ 8-10 ਸਾਲ ਤੋਂ 12 ਸਾਲ ਜਾਂ 14 ਸਾਲ ਦੀ ਜਿਹੜੀਆਂ ਜੀ ਉਹਦੇ ਵਿੱਚ ਹੈ ਉਹ ਉਹਨਾਂ ਦੀ ਬ੍ਰੈਸਟ ਬਹੁਤ ਜ਼ਿਆਦਾ ਹੈਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਵਿੱਚ ਸਮੇਂ ਤੋਂ ਪਹਿਲਾਂ ਜਿਹੜੇ ਪੀਰੀਅਡਸ ਹੋਣੇ ਸ਼ੁਰੂ ਹੋ ਜਾਂਦੇ ਨੇ ਵਾਈਟ ਡਿਸਚਾਰਜ ਦੀ ਸਮੱਸਿਆ ਬਹੁਤ ਮੈਂ ਦੇਖਣ ਨੂੰ ਬੱਚਿਆਂ ਦੇ ਵਿੱਚ ਦੇਖੀ ਹੈ ਉਹਦਾ ਵੱਡਾ ਲਕੋਰੀਆ ਦੀ ਪ੍ਰੋਬਲਮ ਉਹਦਾ ਵੱਡਾ ਕਾਰਨ ਜਿਹੜਾ ਆਕਸੀਟਾਈਸਨ ਇੰਜੈਕਸ਼ਨ ਹੈ ਜਾਂ ਇਸ ਤਰ੍ਹਾਂ ਦੇ ਜਿਹੜੇ ਕੈਮੀਕਲ ਅਸੀਂ ਦੁੱਧ ਦੇ ਰੂਪ 'ਚ ਆਪਦੇ ਸਰੀਰ 'ਚ ਲੈ ਕੇ ਜਾ ਰਹੇ ਹਾਂ ਜੀ ਬਿਲਕੁਲ ਹੁਣ ਆਈਏ ਵੀ ਇਹਨੂੰ ਆਪਾਂ ਇੰਨਾ ਡਰਾ ਤਾਂ ਦਿੱਤਾ ਲੋਕਾਂ ਨੂੰ ਹੁਣ ਆਪਾਂ ਆਈਏ ਵੀ ਇਹਦੀ ਪਛਾਣ ਜਿਹੜੀ ਆ ਉਹ ਕਿੱਦਾਂ ਹੋਣੀ ਜਿਹੜੀ ਨਕਲੀ ਦੁੱਧ ਜੀ 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 ਬਿਲਕੁਲ ਨਕਲੀ ਦੁੱਧ ਕਲਵੰਜੀ ਜੇ ਤਾਂ ਕੋਈ ਐਕਸਪਰਟ ਬੰਦਾ ਜਿਹਨੇ ਅਸਲੀ ਪੀਤਾ ਉਹ ਟੇਸਟ ਕਰਕੇ ਹੀ ਦੱਸ ਦੇਗਾ ਪਰ ਇਹਨੂੰ ਜੇ ਵਿਗਿਆਨਿਕ ਤੌਰ ਤੇ ਚੈੱਕ ਕਰਨਾ ਹੈ ਤੇ ਇੱਕ ਸਾਡੀ ਜਿਹੜੀ ਡੇਅਰੀ ਫਾਰਮਿੰਗ ਦੀ ਜਿਹੜੀ ਸਾਡੀ ਸੁਸਾਇਟੀ ਬਣੀ ਵੀ ਹੈ ਹਿੰਦੁਸਤਾਨ ਡਿਪਾਰਟਮੈਂਟ ਹੈ ਉਹਨਾਂ ਨੇ ਡੇਅਰੀ ਰਿਸਰਚ ਇੰਸਟੀਚਿਊਟ ਜੀ ਜੀ ਉਹਨਾਂ ਨੇ ਇੱਕ ਸਟੈਪ ਤਿਆਰ ਕੀਤੀ ਹੈ ਜਿਹਦੇ ਉੱਤੇ ਤੁਸੀਂ ਦੁੱਧ ਦੇ ਵਿੱਚ ਮਿਲਾਵਟ ਕਿੰਨੀ ਹੈ ਕਿਹੜੇ ਕੈਮੀਕਲ ਦੀ ਮਿਲਾਵਟ ਹੈ ਹਰ 10 ਤਰ੍ਹਾਂ ਦੀ ਉਹਦੇ ਸਟੈਪਸ ਹੁੰਦੀਆਂ ਉਹਦੇ ਦੁੱਧ ਨੂੰ ਦੁੱਧ ਵਿੱਚ ਉਹਨੂੰ ਡਿਪ ਕਰਕੇ ਰੱਖਣਾ ਪੈਂਦਾ 6-7 ਮਿੰਟ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਕਲਰ ਹੁੰਦੇ ਨੇ ਚੇਂਜ ਹੋ ਜਾਂਦੇ ਔਰੇਂਜ ਹੁੰਦਾ ਬਲੈਕ ਹੁੰਦਾ ਰੈੱਡ ਹੁੰਦਾ ਇਸ ਤਰ੍ਹਾਂ ਅਲੱਗ ਅਲੱਗ ਉਹਦੇ ਕਲਰ ਬਣਦੇ ਨੇ ਤੇ ਉਹਦੇ ਹਿਸਾਬ ਨਾਲ ਉਹਦੇ ਜਿਹੜਾ ਕੈਮੀਕਲ ਹੈ ਉਹਦਾ ਇੱਕ ਮਿਆਰ ਜਿਹੜਾ ਉਹ ਦੱਸਦੀ ਹੈ ਉਹ ਜਿਹੜੀ ਆਮ ਤੁਸੀਂ ਜੇ ਡੇਅਰੀ ਫਾਰਮ ਕੋਈ ਚੰਗਾ ਚਲਾਉਂਦਾ ਉਹਦੇ ਕੋਲ ਈਜ਼ੀਲੀ ਅਵੇਲੇਬਲ ਹੁੰਦੀ ਹੈ ਚੰਗੇ ਜਿਹੜੇ ਦੁੱਧ ਉਤਪਾਦ ਉਹ ਵੀ ਰੱਖਦੇ ਨੇ ਇਸ ਤੋਂ ਇਲਾਵਾ ਜਿਹੜੇ ਮਿਲਕ ਪਲਾਂਟ ਨੇ ਜਾਂ ਕੋਲਡ ਪਲਾਂਟ ਨੇ ਜਿੱਥੇ ਦੁੱਧ ਸਟੋਰ ਕੀਤਾ ਜਾਂਦਾ ਜਿੱਥੋਂ ਨੈਸਲੇ ਜਾਂ ਹੋਰ ਇਸ ਤਰ੍ਹਾਂ ਦੀਆਂ ਕੰਪਨੀਆਂ ਜਿਹੜੀਆਂ ਚੱਕ ਕੇ ਲੈ ਕੇ ਜਾਂਦੀਆਂ ਨੇ ਤੇ ਉਹ ਉਹਨਾਂ ਕੋਲ ਵੀ ਮਿਲਦੇ ਆ ਤੇ ਤੁਸੀਂ ਦੇਖਿਆ ਹੁਣ ਅੱਜ ਕੱਲ੍ਹ ਪੰਜਾਬ ਦੇ ਵਿੱਚ ਕਈ ਤਰ੍ਹਾਂ ਦਾ ਦੁੱਧ ਆ ਰਿਹਾ ਪੈਕਟਾਂ ਦੇ ਵਿੱਚ ਜਿਹੜੀਆਂ ਕੰਪਨੀਆਂ ਦੁੱਧ ਲੈ ਕੇ ਆ ਰਹੀਆਂ ਨੇ ਉਹ ਇੰਡੀਆ ਤੋਂ ਬਾਹਰ ਦੀਆਂ ਨੇ ਜਾਂ ਮੈਂ ਕਹਾਂ ਕਿ ਪੰਜਾਬ ਤੋਂ ਬਾਹਰ ਦੀਆਂ ਨੇ ਤੇ ਉਹ ਪਸ਼ੂ ਤਾਂ ਘੱਟ ਰਹੇ ਨੇ ਲੇਕਿਨ ਦੁੱਧ ਵੱਧ ਰਿਹਾ ਦੁੱਧ ਵੱਧ ਰਿਹਾ ਮੈਂ ਦੇਖਿਆ ਬੜੇ ਵਾਰ ਕਈ ਦਰਸ਼ਕਾਂ ਨੇ ਆ ਕੇ ਮੈਨੂੰ ਦੱਸਿਆ ਕਿ ਡਾਕਟਰ ਸਾਹਿਬ ਕਿਸੇ ਵੀ ਡੈਰੀ ਤੇ ਜਾ ਕੇ ਤੁਸੀਂ ਦੁੱਧ ਦੀ ਡਿਮਾਂਡ ਕਰ ਲਓ ਕਿ ਮੈਨੂੰ 5 ਕੁਇੰਟਲ 10 ਕੁਇੰਟਲ ਦੁੱਧ ਚਾਹੀਦਾ ਕੱਲ੍ਹ ਨੂੰ ਅਗਲੇ ਦਿਨ ਤੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਤੁਸੀਂ ਪ੍ਰੈਕਟੀਕਲ ਕਰ ਸਕਦੇ ਹੋ ਕੁਛ 100 ਰੁਪਏ ਲਾ ਕੇ ਤੁਸੀਂ ਹਰ ਬੰਦੇ ਨੂੰ 500-500 ਰੁਪਏ ਦੇ ਕੇ ਟੋਕਨ ਮਨੀ ਤੇ ਬੁੱਕ ਕਰ ਲਓ ਕਿ ਜੀ ਮੈਨੂੰ 10 ਕੁਇੰਟਲ ਦੁੱਧ ਚਾਹੀਦਾ ਸ਼ਹਿਰ ਦੀ ਹਰ ਡੈਰੀ ਤੁਹਾਨੂੰ ਉਹ ਜਿਹੜਾ ਦੁੱਧ ਦੇਣ ਲਈ ਤਿਆਰ ਹੋ ਜਾਏਗੀ ਔਰ ਬਣਾ ਕੇ ਤੁਹਾਡੇ ਲਈ ਹਾਜ਼ਰ ਵੀ ਕਰ ਦੇਣਗੇ ਪਰ ਇਹ ਸਮਝ ਨਹੀਂ ਆਉਂਦਾ ਕਿਉਂ ਦਾ ਕਿੱਥੋਂ ਹੈ ਅੱਜ ਦਰਸ਼ਕਾਂ ਨੂੰ ਅਸੀਂ ਉਹੀ ਸਮਝਾਇਆ ਕਿ ਜਿਹੜਾ ਦੁੱਧ ਹੈ ਮਿਲਾਵਟੀ ਆ ਰਿਹਾ ਤੇ ਤੋਂ ਬਚਿਆ ਜਾ ਸਕਦਾ ਤੇ ਤੁਸੀਂ ਬਚੋਗੇ ਤਾਂ ਹੀ ਬਿਮਾਰੀਆਂ ਤੋਂ ਬਚੋਗੇ ਜੀ ਬਿਲਕੁਲ ਜੀ ਸਾਡਾ ਕੰਮ ਜਿਹੜਾ ਸੀਗਾ ਤੁਹਾਡੇ ਸਾਹਮਣੇ ਤੱਥ ਰੱਖਣਾ ਸੀਗਾ ਨਾ ਕਿ ਕਿਤੇ ਕਿਸੇ ਚੀਜ਼ ਨੂੰ ਕੰਟਰਾਡਿਕਟ ਕਰਨਾ ਸੀਗਾ WHO ਯਾਨੀ ਵਿਸ਼ਵ ਸਿਹਤ ਸੰਸਥਾ ਜਿਹੜੀ ਆ ਉਹਨੇ ਜਿਹੜਾ ਅੰਕੜੇ ਸਾਡੇ ਸਾਹਮਣੇ ਪੇਸ਼ ਕੀਤੇ ਨੇ ਜੋ ਸਾਨੂੰ ਚੇਤਾਵਨੀ ਜਾਰੀ ਕੀਤੀ ਹੈ 87% ਭਾਰਤੀਆਂ ਨੂੰ ਸਾਲ 2025 ਦੇ ਤੱਕ ਜਿਹੜਾ ਕੈਂਸਰ ਹੋਣ ਦੀ ਜਿਹੜੀ ਚੇਤਾਵਨੀ ਜਾਰੀ ਕੀਤੀ ਹੈ ਉਸ ਨੂੰ ਲੈ ਕੇ ਕੁਛ ਚਿੰਤਾ ਹੋਈ ਸੀ ਭਾਵੇਂ ਕਿ ਕੇਂਦਰ ਸਰਕਾਰ ਨੇ ਇਸ ਦਾ ਖੰਡਨ ਕੀਤਾ ਹੈਗਾ ਪਰ ਫਿਰ ਵੀ ਜਿਸ ਤਰੀਕੇ ਦਾ ਵਰਤਾਰਾ ਪੰਜਾਬ ਦੇ ਵਿੱਚ ਵਾਰ ਵਾਰ ਵੇਖਣ ਨੂੰ ਮਿਲਦਾ ਹੈ ਨੈਸਲੇ ਵਰਗੀਆਂ ਕੰਪਨੀਆਂ ਜਿਹੜੀਆਂ ਨੇ ਉਹ ਕੁਛ ਦੁੱਧ ਉਤਪਾਦਾਂ ਨੂੰ ਜਿਹੜਾ ਬੈਨ ਕਰਦੀਆਂ ਨੇ ਵਾਰ ਵਾਰ ਇੱਕ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਵਿੱਚ ਸਿੰਥੈਟਿਕ ਦੁੱਧ ਹੈ ਦੁੱਧ ਫੜਿਆ ਵੀ ਜਾਂਦਾ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸ ਦਵਾਂ NDTV ਦੀ ਰਿਪੋਰਟਿੰਗ ਦੇ ਦੌਰਾਨ ਮੈਂ ਇੱਥੇ ਪਟਿਆਲੇ ਮਨਦੀਪ ਸਿੰਘ ਸਿੱਧੂ ਹੁੰਦੇ ਸੀ SSP ਜੀ ਤੇ ਉਹਨਾਂ ਨੇ ਇੱਥੇ ਸਮਾਣੇ ਦੇ ਵਿੱਚ ਛਾਪਾ ਮਾਰ ਕੇ ਦੁੱਧ ਉਤਪਾਦਕ ਫੜੇ ਸੀਗੇ ਤੇ ਉੱਥੋਂ ਵੀ ਉਹਨਾਂ ਨੇ ਭਾਰੀ ਮਾਤਰਾ ਦੇ ਵਿੱਚ ਜਿਹੜੇ ਟਰੱਕਾਂ ਦੇ ਟਰੱਕ ਜਿਹੜੇ ਸੀ ਉਹ ਟੈਂਕਰ ਜਿਹੜੇ ਸੀ ਦੁੱਧ ਦੇ ਉੱਪਰ ਗੌਰ ਕੀਤੇ ਜੀ ਉਹਨਾਂ ਨੇ ਦੇਖਿਆ ਸੀਗਾ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਅਸੀਂ ਇਹ ਦੇਖਦੇ ਸੀ ਕਿ ਅੰਦਰ ਦੁੱਧ ਜਿਹੜਾ ਆ ਕਿੰਨਾ ਰਿਹਾ ਤੇ ਅੰਦਰੋਂ ਨਿਕਲ ਕਿੰਨਾ ਰਿਹਾ ਯਾਨੀ ਕਿ ਉਹਨਾਂ ਨੇ ਪਹਿਲਾਂ ਇਸ ਗੱਲ ਦੇ ਉੱਤੇ ਲਾਇਆ ਕਿ ਇਹ ਦੁੱਧ ਜਿਹੜਾ ਅੰਦਰ ਰਿਸੀਵ ਕਿੰਨਾ ਕਰਦੇ ਨੇ ਤੇ ਬਾਹਰ ਕਿੰਨਾ ਕੱਢਦੇ ਨੇ ਤੇ ਜਦੋਂ ਬਾਹਰ ਕੱਢਦੇ ਨੇ ਤੇ ਉਹਨਾਂ ਨੇ ਦੇਖਿਆ ਵੀ ਅੰਦਰੋਂ ਜਿਹੜਾ ਬਾਹਰ ਵੱਧ ਨਿਕਲ ਰਿਹਾ ਤੇ ਅੰਦਰ ਜਾ ਰਿਹਾ ਤੇ ਉਹ ਤੋਂ ਜਿਹੜਾ ਉਹਨਾਂ ਨੇ ਫਿਰ ਉਹਦੇ ਦੇ ਉੱਤੇ ਛਾਪਾ ਮਾਰ ਕੇ ਉਹਨਾਂ ਨੂੰ ਫੜਿਆ ਸੀ ਅੱਗੇ ਕੋਰਟ ਦੇ ਵਿੱਚ ਕੀ ਹੋਇਆ ਇਹਦੇ ਬਾਰੇ ਕੋਈ ਜ਼ਿਆਦਾ ਜਿਹੜਾ ਜਾਣਕਾਰੀ ਨਹੀਂ ਲੱਗੀ ਲੇਕਿਨ ਇਹ ਚੀਜ਼ ਜਿਹੜੀ ਆ ਕਿਤੇ ਨਾ ਕਿਤੇ ਵੱਡੇ ਲੈਵਲ ਦੇ ਉੱਤੇ ਸੋਚਣ ਨੂੰ ਮਜਬੂਰ ਕਰਦੀ ਹੈ ਕਿ ਕਿਤੇ WHO ਦੁਆਰਾ ਜਿਹੜੀ ਜਾਰੀ ਕੀਤੀ ਗਈ ਚੇਤਾਵਨੀ ਹੈ ਉਹ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਉਸਦਾ ਸ਼ਿਕਾਰ ਸਾਡਾ ਕੋਈ ਆਪਣਾ ਨਾ ਹੋਵੇ ਤੇ ਸਭ ਤੋਂ ਵੱਡੀ ਗੱਲ ਕਿ ਜਿਹੜੇ ਨੈਚੁਰੋਪੈਥ ਨੇ ਜਿਹੜੇ ਦੁੱਧ ਨਾ ਪੀਣ ਦੀ ਸਲਾਹ ਦਿੰਦੇ ਨੇ ਕਿ ਉਹ ਆਪਣੇ ਆਪ ਦੇ ਵਿੱਚ ਸਹੀ ਕਰ ਰਹੇ ਨੇ ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਦੁੱਧ ਦਾ ਬਦਲ ਕੀ ਜੀ ਕੁਲਵੰਤ ਜੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ
पोषक तत्वों से आके खड़ती है कि दुध असी पीना क्यों है, क्योंकि साडे शरीर दे विच पोषक तत्वों की घाट ना हो जाए, इसलिए असी दुध पीने या दुध तो बनी चीजा खाने हैं। सो दुध जिहड़ा उह कल्ला पशुओं तो नहीं प्राप्त किया जाता है, तुसी बदामा नूं रगड़ के भिओ के उहदा भी दुध बना सकते हो। इस तों इलावा जे मैं गल करां काजुआं तों भी दुध बनता है, जिहड़ा नारियल तों भी, जिहड़ा कच्चा खोपा जिहनूं पानी वाला कहिंदे नारियल, उहदे तों भी दुध तैयार किया जाता है। तो दुध इस लई नहीं असीं पीते कि उहदे विच तत् हुंदे ने, दुध आपदे आप च इक संपूर्ण भोजन है। किसी टाइम इहनूं अमृत कहा जाता सी, और पंजाब दे विच खास तौर ते लोगों को यह कह दिया कि जिन्हें दुध वेचता उन्हें पुत वेचता, पर अज उस धरती से पानी वेक रहा, दुध वेक रहा, और वह भी नकली। सो डॉक्टर साहब, आपने जानकारी देती तो मैं लगता बहुत सारे लोग जोड़े हो संपर्क करना चाहेंगे इस तो बाद, अपना नंबर तो अपना जोड़े दिन तुम कितने मिलते हो, कि शहर मिलते हो, वो जोड़ी जानकारी दे दो। कलवन जी, सोमवार, मंगलवार से बुधवार हफ्ते के पहले तीन दिन मैं मलोट गुरु नानक आयुर्वेदिक सेंटर सिविल हॉस्पिटल के सामने नेड़े रेलवे स्टेशन बैठदा, सवेरे 10 बजे तो लैके शाम 5 बजे तक। वीरवार को पंजाबी यूनिवर्सिटी पटियाला दे पेट्रोल पंप वाली गली दे सवेरे 10 बजे तो लैके शाम 5 बजे तक। शुक्रवार तो शनिवार इस तरह मैं सैक्टर 70 मटौर विखे जिहड़ा बैठदा सवेरे 10 तो लैके 5 बजे तक। मेरे दो नंबर ने संपर्क करने लिए, पहला नंबर है 98 141 76 221, दूसरा नंबर है 911 555 0911। इन्हां दोवें नंबरां ते वट्सएप राही तुसीं संपर्क करके जानकारी भी हासिल कर सकते हो ते सुझाव भी ले सकते हो। बहुत बहुत धन्यवाद जी ਤੁਹਾਡਾ ਅਤੇ ਨਿਊਜ਼ ਏਸ਼ੀਆ ਦੇਖਣ ਵਾਲੇ ਦਰਸ਼ਕਾਂ ਦਾ ਜੀ ਸ਼ੁਕਰੀਆ ਡਾਕਟਰ ਸਾਹਿਬ, ਤੁਹਾਡਾ ਮਿਹਰਬਾਨੀ। ਸੋ ਜਾਣਕਾਰੀ ਤੁਹਾਡੇ ਸਾਹਮਣੇ ਹੈ ਜੀ, ਫੈਸਲਾ ਹੁਣ ਤੁਸੀਂ ਆਪ ਲੈਣਾ ਹੈ।